ਡਾਕਟਰਾਂ ਬਾਬਿਆਂ ਗੁਣੀ ਬਾਬਿਆਂ ਡਾਕਟਰਾਂ ਵੈਦਾਂ ਗੁਣੀ ਬਾਬਿਆਂ ਸੌਦੀ ਇੱਕ ਸੁਣਾਈ ਸਭ ਰੋਗਾਂ ਦੀ ਇੱਕੋ ਦਾਰੂ ਹਾਸਾ ਮੇਰੇ ਭਾਈ ਡਾਕਟਰਾਂ ਵੈਦਾਂ ਗੁਣੀ ਬਾਬਿਆਂ ਸੌਦੀ ਇੱਕ ਸੁਣਾਈ ਸਭ ਰੋਗਾਂ ਦੀ ਇੱਕੋ ਦਾਰੂ ਹਾਸਾ ਮੇਰੇ ਭਾਈ ਹੱਸਣ ਦੇ ਨਾਲ ਭਾਈ ਦੀ ਟੈਨਸ਼ਨ ਸੁਧਰ ਜਾਂਦੀ ਹੈ ਜੂਨ ਟੈਨਸ਼ਨ ਹੁੰਦੀ 9-2-11 ਅਤੇ ਵੱਧ ਜਾਂਦਾ ਹੈ ਖੂਨ ਕਈ ਹੱਸਦੇ ਨੇ ਲਿਟ ਲਿਟ ਕੇ ਅਤੇ ਕਈ ਕਰ ਜਾਂਦੇ ਕੰਜੂਸੀ ਹੱਸਣ ਬਾਜੋਂ ਸੋਹਣੀ ਸੂਰਤ ਵੀ ਬਣ ਜਾਂਦੀ ਮਨਹੂਸੀ ਹੱਸਣ ਬਾਜੋਂ ਸੋਹਣੀ ਸੂਰਤ ਵੀ ਬਣ ਜਾਂਦੀ ਮਨਹੂਸੀ ਹੋ ਜੇ ਘਾਟਾ ਪੈ ਜਾਏ ਵਾਧਾ ਆਪਾਂ ਟੈਨਸ਼ਨ ਨਹੀਂ ਲੈਣੀ ਮਿੱਠਾ ਬੋਲੋ ਸੋਹਣਾ ਖਾਓ ਸੁਥਰੀ ਰਹਿਣੀ ਬਹਿਣੀ ਪੈ ਜਾਏ ਘਾਟਾ ਹੋ ਜਾਏ ਵਾਧਾ ਆਪਾਂ ਟੈਨਸ਼ਨ ਨਹੀਂ ਲੈਣੀ ਆਪਾਂ ਟੈਨਸ਼ਨ ਨਹੀਂ ਲੈਣੀ ਇਹ ਰਾਣਾ ਰਣਬੀਰ ਦੀਆਂ ਲਾਈਨਾਂ ਲਿਖੀਆਂ ਹੋਈਆਂ ਨੇ ਜੀ ਲੈ ਕੇ ਮੈਂ ਹਾਜ਼ਰ ਹਾਂ ਅਤੇ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਵ ਸ਼ੋਅ ਦੀ ਗੱਲ ਕਰੀਏ ਤਾਂ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਹਾਜ਼ਰ ਹਾਂ ਜੀ ਮੈਂ ਲਾਈਵ ਸ਼ੋਅ ਲੈ ਕੇ ਗੱਲਾਂ ਬਾਤਾਂ ਲੈ ਕੇ ਅਤੇ ਨਾਲ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਈਦਾ ਅੱਜ ਦੇ ਵਿਸ਼ੇ ਦੀ ਗੱਲ ਜਾਣ ਤੋਂ ਪਹਿਲਾਂ ਇੱਕ ਜਿਹੜੀਆਂ ਗੱਲਾਂ ਬਾਤਾਂ ਇੱਕ ਦੋ ਕਰੀਆਂ ਤੁਹਾਡੇ ਨਾਲ ਉਹ ਮੈਂ ਜ਼ਰੂਰ ਕਰਨੀਆਂ ਚਾਹਾਂਗਾ ਇੱਕ ਤਾਂ ਅਮਰੀਕਾ ਵਾਲਿਆਂ ਵਾਸਤੇ ਚੰਗੀ ਖਬਰ ਹੈ ਖਾਸ ਤੌਰ 'ਤੇ ਨਿਊਯਾਰਕ ਵਾਸੀ ਜਿਹੜੇ ਹੈਗੇ ਨੇ ਈਸਟ ਕੋਸਟ ਦੇ ਪਹਿਲਾਂ ਸੁਣੀ ਹੋਏਗੀ ਕਿ ਉੱਥੋਂ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਅਨਾਊਂਸ ਕੀਤਾ ਵੀ 1 ਜੁਲਾਈ ਤੋਂ ਪੂਰਾ ਨਿਊਯਾਰਕ ਬਿਲਕੁਲ ਪਹਿਲਾਂ ਦੀ ਤਰ੍ਹਾਂ ਖੋਲ੍ਹ ਦਿੱਤਾ ਜਾਏਗਾ ਵੈਸੇ ਵੀ ਪੂਰੇ ਅਮਰੀਕਾ ਦਾ 4 ਜੁਲਾਈ ਦਾ ਟਾਰਗੇਟ ਹੈਗਾ ਔਰ ਉਮੀਦ ਹੈ ਵੀ 30 ਜੂਨ ਤੱਕ ਤਕਰੀਬਨ 80% ਲੋਕਾਂ ਨੂੰ ਵੈਕਸੀਨ ਜਿਹੜੀ ਆ ਉਹ ਲੱਗ ਜੂਗੀ ਸੋ ਇਹੋ ਜਿਹੀਆਂ ਚੰਗੀਆਂ ਖਬਰਾਂ ਠੰਡੀਆਂ ਹਵਾਵਾਂ ਉਮੀਦ ਕਰਦੇ ਹਾਂ ਜੀ ਸਾਰੇ ਸ਼ਹਿਰਾਂ ਤੋਂ ਸਾਰੀਆਂ ਸਟੇਟਾਂ ਤੋਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋਣਗੀਆਂ ਅਤੇ ਪਹਿਲਾਂ ਵਰਗਾ ਮਾਹੌਲ ਆਏਗਾ ਅਤੇ ਫਿਲਹਾਲ ਜਿਹੜਾ ਭਾਰਤ ਵਾਸੀਆਂ ਦੀ ਗੱਲ ਕਰੀਏ ਤਾਂ ਭਾਰਤੀ ਵਾਸੀਆਂ ਵਾਸਤੇ ਅਜੇ ਇਹੋ ਜਿਹੀ ਕੋਈ ਖਬਰ ਜਿਹੜੀ ਹੈ ਨਹੀਂ ਗੀ ਭਾਰਤ ਵਿੱਚ ਗਏ ਅਮਰੀਕੀਆਂ ਵਾਸਤੇ ਫਿਲਹਾਲ ਰਾਹਤ ਦੀ ਖਬਰ ਹੈ ਕਿ ਉਹ ਕਹਿੰਦੇ ਵੀ ਛੇ ਛੇਤੀ ਵਾਪਸ ਆ ਜਾਓ ਕੋਈ ਪਤਾ ਨਹੀਂ ਕਿਹੜੇ ਵੇਲੇ ਅਸੀਂ ਭਾਰਤ ਦਾ ਹੁੱਕਾ ਪਾਣੀ ਬੰਦ ਕਰ ਦਈਏ ਅਤੇ ਇਸ ਕਰਕੇ ਜਿਹੜੇ ਇੱਥੋਂ ਦੇ ਨਾਗਰਿਕ ਗਏ ਹੋਏ ਨੇ ਇੰਡੀਆ 'ਤੇ ਉਹ ਫਟਾਫਟ ਇੱਥੇ ਵਾਪਸ ਆ ਜਾਣ ਸੋ ਕਰੋਨਾ ਦੀ ਅਪਡੇਟ ਇਹੀ ਹੈ ਜੀ ਲਗਭਗ ਉਹੀ 388,000 ਕੇਸ ਅੱਜ ਵੀ ਇੰਡੀਆ ਦਾ ਮੈਂ ਦੇਖਿਆ ਜਿਹੜਾ ਜਦੋਂ ਤੱਕ ਮੈਂ ਦੇਖਿਆ ਸੀਗਾ ਅਤੇ ਨਾਲ ਦੀ ਨਾਲ ਜਿਹੜਾ ਹੈਗਾ ਬਾਕੀ ਵੀ ਕੇਸ ਤੜਾ ਤੜ ਆ ਰਹੇ ਨੇ ਅਤੇ ਵੈਕਸੀਨ ਜਿਹੜੀ ਹੈ ਬਾਹਰਲੇ ਮੁਲਕਾਂ 'ਚ ਤੜਾ ਤੜ ਲੱਗ ਰਹੀ ਹੈ ਇੰਡੀਆ ਦੇ ਵਿੱਚ ਵੈਕਸੀਨ ਦੀ ਸਮਝ ਨਹੀਂ ਆ ਰਹੀ ਵੈਕਸੀਨ ਹੈ ਵੀ ਨਹੀਂ ਹੈ ਕੀ ਪ੍ਰੋਗਰਾਮ ਹੈਗਾ ਸੋ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆਪਾਂ ਇੱਕ ਦੋ ਗੱਲਾਂ ਜਿਹੜੀਆਂ ਹੋਰ ਤੁਹਾਡੇ ਨਾਲ ਕਰਕੇ ਅਤੇ ਫਿਰ ਵਿਸ਼ੇ ਵਾਲੇ ਪਾਸੇ ਚੱਲਾਂਗੇ ਖਬਰਾਂ ਹੀ ਸਾਂਝੀਆਂ ਕਰੀਦੀਆਂ ਜੀ ਅੱਜ ਕੋਈ ਜਿਹੜੀਆਂ ਹੁੰਦੀਆਂ ਅਪਡੇਟ ਲੇਟੈਸਟ ਹੁੰਦੀ ਹੈ ਅਤੇ ਉਹੀ ਸਾਂਝੀਆਂ ਕਰੀਦੀਆਂ ਅਤੇ ਇੱਕ ਹੁਣੇ ਹੁਣੇ ਬਿਆਨ ਆਇਆ ਜੀ ਆਪਣਾ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦਾ ਵੀ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਕਾਂਗਰਸ ਸਰਕਾਰ ਦਾ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਉਹਦੇ ਕਾਂਗਰਸ ਦੇ ਖਿਲਾਫ਼ ਬੇਵਕੂਫ਼ ਬਣਾਉਣ ਦੇ ਬਦਲੇ ਉਹਨਾਂ ਨੂੰ ਡੱਟ ਕੇ ਨਾਅਰੇ ਲਾਉਣੇ ਚਾਹੀਦੇ ਧਰਨੇ ਲਾਉਣੇ ਚਾਹੀਦੇ ਕਾਂਗਰਸ ਦੇ ਖਿਲਾਫ਼ ਕਿ ਸਿਆਣੇ ਬੰਦੇ ਨੇ ਫਿਰ ਸਲਾਹ ਦਿੱਤੀ ਵੀ ਭਾਈ ਜੇ ਬੇਵਕੂਫ਼ ਬਣਾਉਣ ਦੇ ਨਾਅਰੇ ਲੱਗਣੇ ਆ ਬੇਵਕੂਫ਼ ਬਣਾਉਣ ਕਰਕੇ ਹੀ ਧਰਨੇ ਦੇਣੇ ਆ ਤਾਂ ਫਿਰ ਭਾਈ ਤੁਹਾਡੇ ਪਹਿਲਾਂ ਤੁਹਾਡੇ ਖਿਲਾਫ਼ ਬਣਦੇ ਆ ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਸੀਗੇ 10 ਸਾਲ ਤੁਸੀਂ ਵੀ ਇਹੀ ਕੰਮ ਕੀਤਾ ਲੋਕਾਂ ਨੇ ਤੁਸੀਂ ਕੋਈ ਨਵਾਂ ਚੰਗਾ ਕੰਮ ਨਹੀਂ ਕੀਤਾ ਚਲੋ ਇਹ ਤਾਂ ਖੈਰ ਹਮੇਸ਼ਾ ਅਸੀਂ ਗੱਲ ਕਰੀ ਦੀ ਹੈ ਰਾਜਨੀਤੀ ਦਾ ਇੱਕ ਅਸੂਲ ਹੈਗਾ ਵੀ ਜਦੋਂ ਜਿਹਦੀ ਸਰਕਾਰ ਹੁੰਦੀ ਹੈ ਜਦੋਂ ਵਿਰੋਧੀ ਧਿਰ ਦੇ ਵਿੱਚ ਕੋਈ ਆ ਗਿਆ ਤਾਂ ਜਿੰਨੇ ਹੱਲ ਨੇ ਜਿੰਨੇ ਮਸਲਿਆਂ ਦੇ ਹੱਲ ਨੇ ਵੱਡੇ ਵੱਡੇ ਸਾਰੇ ਵਿਰੋਧੀ ਧਿਰ ਕੋਲ ਆ ਜਾਂਦੇ ਸਾਰੇ ਵਿਰੋਧੀ ਧਿਰ ਕੋਲ ਆ ਜਾਂਦੇ ਅਤੇ ਜਦੋਂ ਉਹ ਸਰਕਾਰ ਦੇ ਵਿੱਚ ਆ ਜਾਂਦੇ ਤਾਂ ਸਾਰੇ ਮਸਲੇ ਫਿਰ ਦੂਜੀ ਵਿਰੋਧੀ ਧਿਰ ਕੋਲ ਚੱਲ ਜਾਂਦੇ ਆ ਸੌਰੀ ਵੈਕਸੀਨ ਦੇ ਟੀਕੇ ਲੱਗੇ ਹੋਏ ਜੀ ਕੋਈ ਐਸੀ ਗੱਲ ਨਹੀਂ ਅਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਇਹ ਸਾਰਾ ਕੁਛ ਚੱਲਦਾ ਰਹਿਣਾ ਪੰਜਾਬ ਦੇ ਵਿੱਚ ਅਤੇ ਇੱਕ ਹੋਰ ਜਿਹੜੀ ਦੁਖਦਾਈ ਖਬਰ ਆਉਂਦੀ ਹੈ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਇਹ ਹੈ ਕਿ ਚਿੜੀਆਂ ਜਿਹੜੀਆਂ ਸਾਨੂੰ ਥਾਂ ਥਾਂ ਪੰਜਾਬ ਦੇ ਵਿੱਚ ਉਹ ਮਰੀਆਂ ਦਿਸ ਰਹੀਆਂ ਨੇ ਮਿਲ ਰਹੀਆਂ ਨੇ ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ 'ਤੇ ਪਾ ਰਹੇ ਨੇ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੀਆਂ ਫੋਟੋ ਕਿ ਚਿੜੀਆਂ ਬਹੁਤ ਸਾਰੇ ਮਰ ਰਹੀਆਂ ਨੇ ਕਾਰਨ ਉਹਦਾ ਇਹ ਦੱਸਿਆ ਜਾਂਦਾ ਕਿ 5G ਜਿਹੜਾ ਨੈੱਟਵਰਕ ਹੈਗਾ ਉਹਦੀ ਟੈਸਟਿੰਗ ਚੱਲ ਰਹੀ ਹੈ ਅਤੇ ਜਿਹੜੀਆਂ ਉਹਦੀਆਂ ਰੇਡੀਏਸ਼ਨਸ ਨੇ ਤਾਂ ਉਹਦਾ ਕਰਕੇ ਇਹ ਚਿੜੀਆਂ ਜਿਹੜੀਆਂ ਛੋਟੀਆਂ ਨੇ ਉਹ ਪੰਛੀ ਜਿਹੜੇ ਛੋਟੇ ਨੇ ਉਹਨਾਂ 'ਤੇ ਉਹਦਾ ਅਸਰ ਪੈਂਦਾ ਅਤੇ ਉਹਨਾਂ ਦੀ ਬਹੁਤ ਸਾਰੇ ਡੈਥ ਹੋ ਰਹੀ ਆ ਸੋ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ 5G ਕਰਨੇ ਕੀ ਹੈ ਜਦੋਂ ਥਰੂ ਦੇ ਵਿੱਚ 2G ਅਤੇ 3G ਟੈਸਟ ਕੀਤਾ ਸੀ ਉਦੋਂ ਵੀ ਬਹੁਤ ਸਾਰੇ ਪੰਛੀਆਂ 'ਤੇ ਅਸਰ ਪਿਆ ਸੀ ਬਹੁਤ ਸਾਰੀਆਂ ਪ੍ਰੈਗਨੈਂਟ ਲੇਡੀਜ਼ ਦੇ ਉੱਪਰ ਅਸਰ ਪਿਆ ਸੀਗਾ ਇਹ ਰੇਡੀਏਸ਼ਨ ਜਿਹੜੀਆਂ ਇੰਨੀਆਂ ਤੇਜ਼ ਹੁੰਦੀਆਂ
ਹੁਣ 5G ਦੀ ਗੱਲ ਕਰਦੇ, ਘਰ ਦੇ 5G ਇਕੱਠੇ ਨਹੀਂ ਹੁੰਦੇ ਪੰਜਾਬ ਦੇ ਵਿੱਚ, ਤਾਂ ਨੈਟਵਰਕ ਕਹਿੰਦੇ ਜੀ 5G ਚਾਹੀਦਾ। ਸੋ ਇਹ ਚੀਜ਼ਾਂ ਸਾਰੀਆਂ, ਇਹ ਵੀ ਬੜੀ ਦੁਖਦਾਈ ਖਬਰ ਹੈਗੀ ਆ। ਇੱਕ ਹੋਰ ਬੜੀ ਬੜਾ ਮਤਲਬ ਕਈ ਵਾਰੀ ਤਾਂ ਦੇਖ ਕੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਹਾਲਾਤ ਦੇਖ ਕੇ ਪ੍ਰੋਗਰਾਮ ਕਰਨ ਨੂੰ ਜਮ੍ਹਾਂ ਚਿੱਤ ਨਹੀਂ ਕਰਦਾ, ਫਿਰ ਸੋਚੀਦਾ ਵੀ ਇਹ ਡਿਊਟੀ ਲੱਗੀ ਹੈ ਅਤੇ ਡਿਊਟੀ ਆਪਾਂ ਨੂੰ ਕਰਨੀ ਪੈਣੀ ਹੈ। ਇੱਕ ਬੱਚੀ ਸੀ ਛੋਟੀ ਜੀ ਕੋਈ, ਉਹਨੇ ਆ ਜਦੋਂ ਰੌਲਾ ਜ਼ਿਆਦਾ ਪਿਆ ਆਕਸੀਜਨ ਦਾ ਹੁਣ ਸੈਕਿੰਡ ਵੇਵ ਵੇਲੇ, ਅਤੇ ਆਪਣੀ ਗੋਲਕ ਤੋੜ ਕੇ 5100 ਰੁਪਈਆ ਉਹਦੇ 'ਚੋਂ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਵਿੱਚ ਦਿੱਤਾ। 5100 ਰੁਪਈਆ ਗੋਲਕ ਤੋੜ ਕੇ ਬੱਚੀ ਨੇ, ਅਤੇ ਹੁਣ ਉਹਦਾ ਬਾਪ ਮੀਡੀਏ ਅੱਗੇ ਦੁਹਾਈ ਪਾਉਂਦਾ ਸੀ ਵੀ ਮੇਰੀ ਬੱਚੀ ਨੇ ਤਾਂ ਆਪਣਾ, ਜੋ ਸੀ ਗਰੀਬ ਬੰਦੇ ਦੀ ਗੱਲ ਹੈ, ਗਰੀਬ ਬੱਚੀ ਸੀ, ਗਰੀਬ ਘਰ ਦੀ ਬੱਚੀ ਸੀਗੀ, ਵੀ ਜੋ ਸੀ ਸਾਰਾ ਕੁਛ ਅਸੀਂ ਤਾਂ ਪੀਐਮ ਕੇਅਰ ਫੰਡ 'ਚ ਉਹਨੇ ਦਿੱਤਾ, ਵੀ ਸਾਨੂੰ ਤਾਂ ਆਕਸੀਜਨ ਦੇ ਦਿਓ, ਸਾਡੇ ਲਈ ਤਾਂ ਆਕਸੀਜਨ ਦੇ ਦਿਓ, ਅਸੀਂ ਪੈਸੇ ਹੀ ਆਕਸੀਜਨ ਲਈ ਦਿੱਤੇ ਆ। ਉਸ ਬੱਚੀ ਨੇ ਪੈਸੇ ਹੀ ਇਸ ਕਰਕੇ ਦਿੱਤੇ ਕਿ ਆਕਸੀਜਨ ਦੀ ਜਿੱਥੇ ਘਾਟ ਆ ਉੱਥੇ ਮੇਰੇ ਪੈਸੇ ਵਰਤੇ ਜਾਣ, ਅਤੇ ਉਸ ਬੱਚੀ ਦੀ ਆਕਸੀਜਨ ਖੁਣੋਂ ਡੈਥ ਹੋ ਗਈ। ਇਹ ਹੈ ਜੀ ਸਾਡੇ ਮੁਲਕ ਦਾ ਹਾਲ, ਮੇਰੇ ਭਾਰਤ ਮਹਾਨ ਦਾ ਹਾਲ। ਚਲੋ ਅਸੀਂ ਅਮਰੀਕਾ ਦੀ ਗੱਲ ਕਰੀਏ, ਵੈਸੇ ਅਸੀਂ ਪੂਰੀ ਦੁਨੀਆ ਦੇ ਖੈਰ ਖਵਾ, ਪੂਰੀ ਦੁਨੀਆ ਦੀ ਖੈਰ ਮੰਗਦੇ ਹਾਂ, ਪੂਰੀ ਦੁਨੀਆ ਦੀ ਚੜ੍ਹਦੀ ਕਲਾ ਦੁਆ ਕਰਦੇ ਹਾਂ, ਖਾਸ ਤੌਰ 'ਤੇ ਇਸ ਮੌਕੇ 'ਤੇ ਇਸ ਬਿਮਾਰੀ ਤੋਂ ਪੂਰੀ ਦੁਨੀਆ ਨੂੰ ਨਿਜਾਤ ਮਿਲੇ, ਅਸੀਂ ਅਰਦਾਸ ਕਰਦੇ। ਪਰ ਉਹ ਅਮਰੀਕਾ ਦੀ ਆਪਾਂ ਜਿਹੜੀ ਗੱਲ ਕੀਤੀ ਹੈ ਕਿ ਕਰੋਨਾ ਦੀ ਵੈਕਸੀਨ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਲੱਗ ਰਹੀ ਹੈ। ਨਿਊਯਾਰਕ ਦੀ ਗੱਲ ਕਰੀਏ ਤਾਂ ਉਹ ਮੇਰੇ ਖਿਆਲ 8 ਮਿਲੀਅਨ ਉੱਥੇ ਆਬਾਦੀ ਹੈਗੀ, 8 ਮਿਲੀਅਨ ਤੋਂ ਉੱਤੇ, ਅਤੇ ਕਾਫੀ ਉਹਦੇ ਵਿੱਚੋਂ 4 ਮਿਲੀਅਨ ਨੂੰ ਕੁਛ ਨੂੰ ਲੱਗ ਚੁੱਕੀ ਹੈਗੀ ਹੈ ਵੈਕਸੀਨ, ਅਤੇ ਬਾਕੀ ਫਟਾਫਟ ਲੱਗ ਜਾਣੀ ਆ। ਪਰ ਜਿਹੜੇ ਨਹੀਂ ਲਵਾਉਂਦੇ ਉਹਨਾਂ ਨੂੰ ਵੀ ਇਹੀ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਇਹ ਟੀਕਾ ਲਵਾ ਲਓ, ਇਹਦਾ ਦਰਦ ਜਿਹੜਾ ਉਹ ਕਰੋਨਾ ਦੇ ਦਰਦ ਨਾਲੋਂ ਬਹੁਤ ਘੱਟ ਹੈ। ਕਰੋਨਾ ਵਾਲੇ ਮਰੀਜ਼ ਤੁਸੀਂ ਦੇਖੇ ਹੋਣੇ ਆ ਤੜਫਦੇ, ਇਹ ਤਾਂ ਸਾਰੇ। ਹਾਂਜੀ, ਹੁਣ ਆਪਾਂ ਵਿਸ਼ੇ ਵਾਲੇ ਪਾਸੇ ਆਈਏ। ਵਿਸ਼ਾ ਜਿਵੇਂ ਕਿ ਵੀ ਸਭ ਰੋਗਾਂ ਦੀ ਇੱਕੋ ਦਾਰੂ, ਹਾਸਾ ਮੇਰੇ ਭਾਈ ਡਾਕਟਰਾਂ ਵੈਦਾਂ ਗੁਣੀ ਬਾਬਿਆਂ ਸੌ ਦੀ ਇੱਕ ਸੁਣਾਈ। ਅਸੀਂ ਕਹਿ ਦਿੰਦੇ ਵੀ ਹਾਸਾ ਜਿਹੜਾ ਉਹ ਇੱਕ ਸਭ ਰੋਗਾਂ ਦੀ ਇੱਕ ਦਵਾਈ ਹੈ, ਪਰ ਇਹ ਪੋਸੀਬਲ ਨਹੀਂ ਹੁੰਦੀ ਚੀਜ਼। ਪੋਸੀਬਲ ਹੋਵੇ ਕਿੱਦਾਂ, ਘਰਾਂ ਦੇ ਵਿੱਚ ਟੈਨਸ਼ਨਾਂ ਇੰਨੀਆਂ, ਕੰਮਾਂ ਕਾਰਾਂ ਦੀਆਂ ਟੈਨਸ਼ਨਾਂ, ਹਰ ਬੰਦਾ ਟੈਨਸ਼ਨ ਦੇ ਵਿੱਚ ਹੈ, ਅਤੇ ਹਾਸਾ ਤਾਂ ਮੇਰੇ ਖਿਆਲ 'ਤੇ ਅੱਜ ਕੱਲ੍ਹ ਤਾਂ ਰੋਣਾ ਵੀ, ਹਾਸਾ ਵੀ ਅਤੇ ਰੋਣਾ ਵੀ ਤਕਰੀਬਨ ਸਾਰੀ ਜ਼ਿੰਦਗੀ 'ਚੋਂ ਗਾਇਬ ਹੋ ਹੀ ਜਾਂਦਾ, ਕਿਉਂਕਿ ਰੋਣ ਦੇ ਨਾਲ ਵੀ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਹੱਲ ਹੁੰਦੀਆਂ ਨੇ ਜਦੋਂ ਅਥਰੂ ਨਿਕਲਦੇ ਨੇ। ਖੈਰ ਉਹ ਰੋਣ ਦੀ ਮੈਂ ਗੱਲ ਨਹੀਂ ਕਰਦਾ, ਜਿਹੜਾ ਹੁਣ ਇੰਡੀਆ ਦੇ ਵਿੱਚ ਰੋਣਾ ਪਿਆ ਉਸ ਰੋਣੇ ਦੀ ਗੱਲ ਨਹੀਂ ਕਰਦੇ, ਆਮ ਜ਼ਿੰਦਗੀ ਦੀ ਗੱਲ ਕਰਦੇ, ਉਹ ਜਿਹਾ ਰੋਣਾ ਤਾਂ ਕਿਤੇ ਪਵੇ ਨਾ। ਅਤੇ ਹਾਸਾ ਵੀ ਜਿਹੜਾ ਸਾਡੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ, ਉਹਦੇ ਤੋਂ ਵੀ ਅਸੀਂ ਕਾਫੀ ਦੂਰ ਤਕਰੀਬਨ ਹੋ ਗਏ ਹਾਂ। ਮੇਰੀ ਕਈ ਵਾਰੀ ਕੋਸ਼ਿਸ਼ ਹੁੰਦੀ ਚਲੋ ਮਾੜਾ ਮੋਟਾ ਹਾਸਾ ਸਮਾਈਲ ਤੁਹਾਡੇ ਮੂੰਹ 'ਤੇ ਆਵੇ, ਤਾਂ ਪਰ ਉਹ ਵੀ ਹੁਣ ਕਈ ਦਿਨਾਂ ਤੋਂ ਪ੍ਰੋਗਰਾਮ ਜਿਹੜਾ ਇੱਦਾਂ ਚੱਲੀ ਜਾਂਦਾ ਅਤੇ ਵਿੱਚ ਕੋਸ਼ਿਸ਼ ਤਾਂ ਕਰੀਦੀ ਹੈ। ਫਿਰ ਹਾਸਾ ਜਦੋਂ ਸਾਡੀ ਜ਼ਿੰਦਗੀ ਤੋਂ ਗਾਇਬ ਹੋ ਗਿਆ, ਤਾਂ ਫਿਰ ਯੋਗਾ ਵਾਲਿਆਂ ਨੇ ਇਹਨੂੰ ਇੱਕ ਨਕਲੀ ਹਾਸਾ ਸਾਡੇ ਰੂਬਰੂ ਪੇਸ਼ ਕੀਤਾ, ਵੀ ਨਕਲੀ ਹਾਸਾ ਲੈ ਕੇ ਅਤੇ ਇਹਨੂੰ ਹੱਸੋ। ਖੈਰ ਉਹ ਵੀ ਮਾੜੀ ਗੱਲ ਨਹੀਂ ਹੈਗੀ, ਉੱਦਾਂ ਪਾਰਕ ਦੇ ਵਿੱਚ ਕਈ ਵਾਰੀ ਨਕਲੀ ਹਾਸਾ ਹੱਸਦਿਆਂ ਨੂੰ ਦੇਖੋ ਤਾਂ ਅਸਲੀ ਹਾਸਾ ਆ ਜਾਂਦਾ ਉੱਥੇ, ਵੀ ਇਹ ਕਰੀ ਕੀ ਜਾਂਦੇ ਆ। ਅਤੇ ਪਰ ਉਹ ਵਿੱਚ ਮਾੜੀ ਗੱਲ ਨਹੀਂ, ਮੇਨ ਤਾਂ ਫੇਫੜਿਆਂ ਨੂੰ ਖੋਲ੍ਹਣਾ ਹੁੰਦਾ, ਖੁੱਲ੍ਹੇ 'ਤੇ ਕੋਈ ਵੀ ਅਸੀਂ ਐਕਸਰਸਾਈਜ਼ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੀ, ਉਹਦਾ ਮਕਸਦ ਇਹੀ ਹੁੰਦਾ ਵੀ ਸਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈ ਉਹ ਨੋਰਮਲ ਹੋਵੇ, ਤਾਂ ਨਾਲ ਨਾਲ ਸਾਡੇ ਚਲੋ ਸਾਹ ਫੇਫੜਿਆਂ ਦੇ ਵਿੱਚ ਆਵੇ ਜਾਵੇ, ਹਵਾ ਆਵੇ ਜਾਵੇ, ਇਹ ਹੁੰਦਾ। ਹੁਣ ਅੱਜ ਕੱਲ੍ਹ ਤਾਂ ਜੇ ਉਹ ਵੀ ਹੱਸਦੇ ਹੋਣੇ ਵਿਚਾਰੇ ਪਾਰਕ ਦੇ ਵਿੱਚ, ਪਹਿਲੀ ਗੱਲ ਤਾਂ ਜਾ ਹੀ ਨਹੀਂ ਸਕਦੇ, ਅਤੇ ਜੇ ਉਹ ਹੱਸਦੇ ਹੋਣੇ ਮਾਸਕ ਪਾ ਕੇ ਹੱਸਦੇ ਹੋਏ ਤਾਂ ਉਹਦਾ ਤਾਂ ਕੋਈ ਫਾਇਦਾ ਹੈ ਨਹੀਂ, ਉਹ ਤਾਂ ਬਾਹਰਲੀ ਹਵਾ ਤਾਂ ਅੰਦਰ ਗਈ ਨਾ, ਅਸਲ 'ਚ ਬਾਹਰਲੀ ਹਵਾ ਅੰਦਰ ਜਾਣੀ ਚਾਹੀਦੀ ਹੈ। ਸੋ ਇਹ ਸਾਰੀਆਂ ਕਰੋਨਾ ਦੀਆਂ ਜਿਹੜੀਆਂ ਗੱਲਾਂ, ਇਹ ਜਿਹੜੀਆਂ ਟੈਨਸ਼ਨਾਂ ਬੜੀਆਂ ਦਿੱਤੀਆਂ ਅੱਜ ਕੱਲ੍ਹ, ਮਤਲਬ ਜਿਵੇਂ ਮੈਂ ਕੱਲ੍ਹ ਗੱਲ ਕੀਤੀ ਸੀ ਵੀ ਸਮਝ ਹੀ ਨਹੀਂ ਆ ਰਹੀ ਵੀ ਕੌਣ ਸਹੀ ਆ ਕੌਣ ਗਲਤ ਆ। ਇੱਕ ਕੋਈ ਵਿਆਹ ਕਿਤੇ ਚੱਲ ਰਿਹਾ ਸੀਗਾ, ਪੁਲਿਸ ਵਾਲੇ ਗਏ ਤਾਂ ਬਾਹਰ ਧਾੜ ਧਾੜ ਚਪੇੜਾ ਮਾਰ ਕੇ ਤਾਂ ਉਹਨਾਂ ਨੂੰ ਬਾਹਰ ਕੱਢਿਆ, ਅਤੇ ਮੈਨੂੰ ਲੱਗਦਾ ਇੱਕ ਅੱਧੀ ਵਿਆਹ ਵਾਲੇ ਮੁੰਡੇ 'ਤੇ ਵੀ ਲੱਗੀ ਹੋਣੀ ਆ। ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਵੀ ਇਹ ਕਿੱਧਰ ਦੀ ਸਿਆਣਪ ਹੈ, ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਭਾਈ ਤੁਸੀਂ ਪਹਿਲਾਂ ਇਕੱਠ ਕੀਤਾ ਹੀ ਕਿਉਂ, ਵਿਆਹ ਕੀਤਾ ਹੀ ਕਿਉਂ ਇਸ ਤਰ੍ਹਾਂ ਦਾ। ਅਤੇ ਇੱਕ ਮੈਂ ਵੀਡੀਓ ਕੱਲ੍ਹ ਨੂੰ ਦਿਖਾਊਂਗਾ, ਫਿਰ ਇਸੇ ਦੁੱਖੋਂ ਇੱਕ ਮੁੰਡਾ ਵਿਚਾਰਾ ਇਕੱਲਾ ਹੀ ਜਮ੍ਹਾਂ ਹੀ ਵਿਆਹਣ ਚਲੇ ਗਿਆ, ਉਹ ਪੁਲਿਸ ਵਾਲੇ ਸਗੋਂ ਉਹਨੂੰ ਕਹਿੰਦੇ ਹੋਏ ਦੋ ਚਾਰ ਬੰਦੇ ਤਾਂ ਲੈਣ ਵਾਲੇ ਨਿਕਲ ਆਊਡ ਹੈ, ਉਹ ਕਹਿੰਦਾ ਨਹੀਂ ਜੀ ਮੈਂ ਇਕੱਲਾ ਹੀ ਠੀਕ ਹਾਂ, ਕੱਲ੍ਹ ਨੂੰ ਵੀਡੀਓ ਦੀ ਦਿਖਾਊਂਗਾ ਤੁਹਾਨੂੰ। ਹਾਂ, ਅੱਜ ਅਸੀਂ ਗੱਲ ਕਰ ਰਹੇ ਵੀ ਇੱਥੇ ਸਹੀ ਕੌਣ ਗਲਤ ਹੈਗਾ। ਪੁਲਿਸ ਵਾਲਿਆਂ ਨੇ ਉਹਨਾਂ ਨੂੰ ਚਪੇੜਾ ਮਾਰ ਮਾਰ ਕੇ ਮੈਰਿਜ ਪੈਲਸ ਦੇ ਵਿੱਚੋਂ ਬਾਹਰ ਕੱਢਿਆ, ਫਿਰ ਮੈਰਿਜ ਪੈਲਸ ਵਾਲੇ ਦੇ ਖਿਲਾਫ਼ ਸ਼ਾਇਦ ਕੇਸ ਕੂਸ ਵੀ ਦਰਜ ਕੀਤਾ ਹੋਏਗਾ। ਪਰ ਮੇਰੇ ਹਿਸਾਬ ਦੇ ਨਾਲ ਜਿਹੜੀਆਂ ਕਿਸੇ ਨੂੰ ਟੱਚ ਕਰਨਾ, ਇੱਧਰਲੇ ਮੁਲਕਾਂ ਦੇ ਵਿੱਚ ਇਹੀ ਚੀਜ਼ ਹੁੰਦੀ ਤਾਂ ਉਹਦਾ ਕੁਛ ਨਾ ਕੁਛ
होर ही बनया हुंदा। टच करना खास तौर पर ਵਿਆਹ ਵਾਲਿਆਂ ਨੂੰ ਕਰਨ, ਉਹਨਾਂ ਨੂੰ ਕਾਨੂੰਨ ਕਰ ਸਕਦੇ ਸੀ, ਜੋ ਵੀ ਕਾਨੂੰਨ ਇੱਕ ਕਾਰਵਾਈ ਬਣਦੀ ਸੀ ਉਹ ਕਰਨੀ ਚਾਹੀਦੀ ਸੀ, ਪਰ ਇਹ ਇੰਡੀਆ ਦੇ ਵਿੱਚ ਸਾਰਾ ਕੁਝ ਹੈਗਾ, ਸਾਰਾ ਕੁਝ ਚੱਲਦਾ। ਪਰ ਚੰਗੀ ਗੱਲ ਇੱਕ ਲੁਧਿਆਣੇ ਦੇ ਵਿੱਚ ਹੁਣ ਮੇਰੇ ਖਿਆਲ ਉੱਥੇ ਜਿਹੜੇ ਆਹ ਬਣੇ ਨੇ ਹੁਣ ਮੇਅਰ ਮੂਰ ਨਵੇਂ ਬਣੇ ਨੇ, ਕੋਈ ਸਰਮ ਸੰਤ ਕਿੱਦਾਂ ਬਣੇ ਨੇ, ਉਹ ਪਾਰਟੀ ਕਰ ਰਹੇ ਸੀਗੇ। ਦੋ ਮੇਲ ਮੇਅਰ ਸੀ, ਪੰਜ ਫੀਮੇਲ ਸੀਗੇ ਮੇਅਰ, ਅਤੇ 11-12 ਜਾਣੇ ਕੋਈ ਘਰ ਪਾਰਟੀ ਕਰ ਰਹੇ ਸੀ ਮੇਅਰ ਬਣਨ ਦੀ ਖੁਸ਼ੀ ਦੇ ਵਿੱਚ, ਅਤੇ ਉਹ ਵੀ ਪੁਲਿਸ ਨੇ ਚੱਕ ਲਿਆ। ਔਰ ਮੈਨੂੰ ਇਹ ਲੱਗਦਾ ਵੀ ਉਹ ਮੇਅਰ ਫਿਰ ਵਿਰੋਧੀ ਪਾਰਟੀ ਦੇ ਹੋਣੇ ਆ, ਤਾਂ ਹੀ ਚੱਕ ਲੈਣੀ, ਤਾਂ ਉੱਦਾਂ ਤਾਂ ਮੇਰੇ ਖਿਆਲ ਕਾਹਨੂੰ ਹਿੰਮਤ ਪੈਂਦੀ ਕਿਸੇ ਦੀ ਵੀ ਸਰਕਾਰ ਦੇ ਵਿੱਚ ਰਹਿ ਕੇ ਪੰਗਾ ਲੈਣਾ, ਮਗਰ ਬਚਣਾ ਵੈਰ ਲੈਣਾ, ਇਹ ਇੱਦਾਂ ਹੋ ਸਕਦਾ। ਹੁਣ ਆਪਾਂ ਅੱਜ ਦੇ ਵਿਸ਼ੇ ਵਾਲੇ ਪਾਸੇ ਥੋੜ੍ਹੇ ਜਿਹੇ ਆਏ ਸੀ, ਪਰ ਟੱਚ ਕਰਕੇ ਫੇਰ ਮੁੜ ਗਏ ਵੀ ਗੱਲ ਮੁੱਕਦੀ, ਇਹ ਕਰਦੇ ਸੀ ਵੀ ਹਾਸਾ ਮੁੱਕ ਗਿਆ, ਟੈਨਸ਼ਨਾਂ ਵੱਧ ਗਈਆਂ। ਪਰਸੋਂ ਇੱਕ ਮਾਤਾ ਜੀ ਨੇ ਪੁੱਛਿਆ ਸੀ ਵੀ ਟੈਨਸ਼ਨਾਂ ਘਟਾਉਣ ਦਾ ਕੋਈ ਹੱਲ ਦੱਸੋ। ਫਿਰ ਮੈਂ ਉਦੋਂ ਨੇ ਸੋਚਿਆ ਸੀ ਵੀ ਇਹ ਵਿਸ਼ਾ ਮੈਂ ਰੱਖੂੰਗਾ, ਵਿਸ਼ਾ ਅੱਗੇ ਗਾਹੇ ਵਗਾਹੇ ਰੱਖਿਆ ਹੋਊਗਾ, ਪਰ ਅੱਜ ਨੂੰ ਰੱਖਦੇ। ਟੈਨਸ਼ਨ ਜਿਹੜੀ ਹੈ ਵੱਧ ਕੇ ਉਹਦਾ ਕੁਛ ਦਾ ਕੁਛ ਬਣ ਜਾਂਦਾ। ਵੈਸੇ ਵੀ ਕਹਿੰਦੇ ਸਿਆਣਿਆਂ ਨੇ ਕਿਹਾ ਵੀ ਚਿੰਤਾ ਚਿਖਾ ਬਰਾਬਰ, ਗੁਰਬਾਣੀ ਦੇ ਵਿੱਚ ਇਹ ਲਿਖਿਆ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਸੋ ਆਪਣੀ ਚਿੰਤਾ ਜਿਹੜੀ ਉਹ ਜਾਂਦੀ ਨਹੀਂ ਹੈਗੀ, ਪਰ ਚਿੰਤਾ ਘਟਾਉਣ ਦੇ ਜਿਹੜੇ ਤਰੀਕੇ ਨੇ, ਹਰ ਬੰਦਾ ਆਪੋ ਆਪਣੇ ਤਰੀਕੇ ਵਰਤਦਾ। ਕਿਸੇ ਨੂੰ ਕਿਸੇ ਤਰ੍ਹਾਂ ਚਿੰਤਾ ਘਟਦੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਘਟਦੀ ਹੈ। ਇੱਕ ਬੰਦਾ ਕੋਈ ਰਾਤ ਨੂੰ, ਅੱਧੀ ਰਾਤ ਨੂੰ ਕਮਰੇ 'ਚ ਸੌਣ ਦੀ ਬਜਾਏ ਘੁੰਮੀ ਜਾਵੇ, ਕਦੇ ਐਂ ਨੂੰ ਚਲੇ ਗਿਆ, ਕਦੇ ਔਂ ਨੂੰ ਚਲੇ ਗਿਆ, ਅਤੇ ਘਰ ਵਾਲੀ ਕਹਿੰਦੀ ਵੀ ਸੌ ਜਾਓ, ਕੀ ਹੋਇਆ ਤੁਹਾਨੂੰ, ਕਾਹਦੀ ਟੈਨਸ਼ਨ ਆ। ਕਹਿੰਦਾ ਵੀ ਟੈਨਸ਼ਨ ਬਹੁਤ ਆ ਵੀ ਕੱਲ੍ਹ ਨੂੰ ਮੈਂ ਫਲਾਨੇ ਬੰਦੇ ਨੂੰ 2 ਲੱਖ ਰੁਪਈਆ ਦੇਣਾ ਕਮਿਟ ਕੀਤਾ, ਅਤੇ ਮੇਰੇ ਕੋਲ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ। ਅਤੇ ਉਹ ਕਹਿੰਦੀ ਵੀ ਫਿਰ ਕੀ ਗੱਲ, ਨਹੀਂ ਹੋਇਆ ਪ੍ਰਬੰਧ, ਕੀ ਕਰ ਸਕਦੇ ਆ ਤੁਸੀਂ, ਕੋਸ਼ਿਸ਼ ਕੀਤੀ ਵੀ ਰਹਿਣ ਦਿਓ, ਸੌ ਜਾਓ ਚੁੱਪ ਕਰਕੇ। ਉਹ ਕਹਿੰਦਾ ਵੀ ਨਹੀਂ, ਮੈਨੂੰ ਟੈਨਸ਼ਨ ਆ, ਮੈਂ ਕਮਿਟਮੈਂਟ ਦਾ ਪੱਕਾ, ਅਤੇ ਮੈਂ ਹੁਣ ਉਹਨੂੰ ਕੱਲ੍ਹ ਨੂੰ 2 ਲੱਖ ਕਿੱਥੋਂ ਦੇਣਾ, 11 ਵਜੇ ਦਾ ਟਾਈਮ ਆ, ਅਤੇ ਮੈਨੂੰ ਉਹਦੀ ਬਹੁਤ ਟੈਨਸ਼ਨ ਹੋਈ। ਅਤੇ ਘਰ ਵਾਲੀ ਉੱਠੀ, ਸਿਆਣੀ ਹੋਣੀ ਹੈ, ਘਰ ਵਾਲੀਆਂ ਸਿਆਣੀਆਂ ਹੁੰਦੀਆਂ ਤਕਰੀਬਨ, ਉੱਠੀ ਉਹਨੇ ਫੋਨ ਚੱਕਿਆ ਅਤੇ ਉਸ ਬੰਦੇ ਦਾ ਨੰਬਰ ਮਿਲਾਇਆ, ਭਾਈ ਸਾਹਿਬ ਅਸੀਂ ਮੁਆਫ਼ੀ ਚਾਹੁੰਦੇ ਹਾਂ ਜੀ, ਚਾਹੇ ਬੁਰਾ ਮੰਨੋ ਚਾਹੇ ਚੰਗਾ ਮੰਨੋ, ਅਸੀਂ ਪੈਸੇ ਤੁਹਾਡੇ ਦੇਣੇ ਆ, ਹੱਥ ਬੰਨ ਕੇ ਦੇਣੇ ਆ, ਪਰ ਅਸੀਂ ਅੱਜ ਬਹੁਤ ਕੋਸ਼ਿਸ਼ ਕੀਤੀ ਹੈ, ਸਾਡੇ ਕੋਲੋਂ ਉਹ ਪੈਸੇ ਅਰੇਂਜ ਨਹੀਂ ਹੋਏ, ਸੋ ਮੁਆਫ਼ੀ ਚਾਹੁੰਦੇ ਹਾਂ ਜੀ, ਜੋ ਮਰਜ਼ੀ ਬੁਰਾ ਭਲਾ ਕਹਿਣਾ ਕਹਿ ਲਓ। ਚਲੋ ਜੀ, ਫੋਨ ਕੱਟਦਾ, ਤਾਂ ਹੁਣ ਉਹ ਕਹਿੰਦੇ ਵੀ ਤੁਸੀਂ ਸੌਂਵੋ ਆਰਾਮ ਨਾਲ, ਅਗਲਾ ਬੰਦਾ ਟੈਨਸ਼ਨ 'ਚ ਆ ਗਿਆ। ਹੁਣ ਗਾਂ ਉਹਦੇ ਜਿਹਨੇ ਦੇਣੇ ਹੋਏ ਕਿਸੇ ਨੇ ਕਿਸੇ ਦੇ, ਤਾਂ ਉਹਨੂੰ ਹੁਣ ਟੈਨਸ਼ਨ ਹੋਊਗੀ, ਤੁਸੀਂ ਹੁਣ ਆਰਾਮ ਨਾਲ ਸੌਂ ਜਾਓ। ਇਹ ਵੀ ਇੱਕ ਤਰੀਕਾ ਟੈਨਸ਼ਨ ਦਾ ਹੈਗਾ। ਇੱਕ ਬੜੀ ਵਧੀਆ ਕਹਾਣੀ ਅੱਜ ਮੈਂ ਪੜ੍ਹੀ ਆ, ਦਿਲ ਨੂੰ ਐਨ ਹਲੂਣਨ ਵਾਲੀ ਕਹਾਣੀ ਸੀਗੀ, ਉਹ ਲੱਗੀ ਮੈਨੂੰ, ਅਤੇ ਉਹ ਵੀ ਟੈਨਸ਼ਨ ਦਾ ਇੱਕ ਸਭ ਤੋਂ ਵਧੀਆ ਤਰੀਕਾ ਮੇਰਾ ਖਿਆਲ ਆ ਵੀ ਟੈਨਸ਼ਨ ਜ਼ਿਆਦਾ ਸਾਨੂੰ ਰਿਸ਼ਤਿਆਂ ਦੀ ਹੈ, ਰਿਸ਼ਤਿਆਂ ਦੇ ਵਿੱਚ ਉਹ ਕੜੱਤਣ ਆ ਗਈ ਹੈ ਭਾਈ, ਰਿਸ਼ਤਿਆਂ ਦੀ ਟੈਨਸ਼ਨ ਇੱਕ, ਅਤੇ ਇੱਕ ਸਭ ਤੋਂ ਵੱਡੀ ਟੈਨਸ਼ਨ ਜਿਹੜੀ ਅਸੀਂ ਕਹੀਏ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਤਾਂ ਉਹ ਇਹ ਹੈ ਵੀ ਜੇ ਦੂਜਾ ਬੰਦਾ ਮੈਨੂੰ ਅੱਗੇ ਨਾ ਲੰਘ ਜਾਏ, ਮੈਂ ਕਾਮਯਾਬ ਹੋਵਾਂ ਨਾ ਹੋਵਾਂ, ਦੂਜਾ ਨਾ ਕਾਮਯਾਬ ਹੋ ਜਾਏ, ਦੂਜਾ ਫੇਲ ਕਰ ਜਾਏ, ਇੱਕ ਇਹ ਚਿੰਤਾ ਸਭ ਤੋਂ ਵੱਡੀ ਹੈਗੀ। ਇੱਕ ਪਿੱਛੇ ਜੇ ਅੰਕੜੇ ਵੀ ਆਏ ਸੀ, ਏਸ਼ੀਆ ਦੇ ਅੰਕੜੇ, ਪਾਕਿਸਤਾਨ ਅਤੇ ਭਾਰਤ ਦੇ ਅੰਕੜੇ ਆਏ ਸੀਗੇ, ਅਤੇ ਉਹ ਜਿਹੜੇ ਬਾਬੇ ਹੁੰਦੇ ਜਿਹੜੇ ਕਿ ਪੁੱਛਾ ਦੁੱਛਾ ਕੱਢਦੇ ਆ, ਬੰਨਦੇ ਆ, ਕਹਿੰਦੇ ਬੰਨ ਲਈਦਾ ਰਾਤੋ ਰਾਤ, ਪਤੀ ਕੋ ਵਸ਼ਮੇ ਕਰੇ ਤਾਂ ਇਹ ਕਰੇ ਵੋ ਕਰੇ, ਇਹੋ ਜਿਹੜੇ ਆਉਂਦੇ ਹੁੰਦੇ ਐਡਾ ਆਉਂਦੀਆਂ ਨਾ, ਉਹਨਾਂ ਦਾ ਸਰਵੇ ਕੀਤਾ ਸੀ, ਉਹ ਕਹਿੰਦੇ ਵੀ ਸਾਡੇ ਕੋਲ 80% ਲੋਕ ਉਹ ਆਉਂਦੇ ਆ ਜਿਹੜੀ ਜਿਹਨੂੰ ਇਹ ਟੈਨਸ਼ਨ ਹੁੰਦੀ ਹੈ ਵੀ ਸਾਡੇ ਪੁਰਾਣੇ ਆਪਦਾ ਕੰਮ ਠੀਕ ਕਰਾਉਣ ਨਹੀਂ ਆਉਂਦੇ, ਵੀ ਸਾਡੇ ਫਲਾਨੇ ਰਿਸ਼ਤੇਦਾਰ ਦਾ ਕੰਮ ਖਰਾਬ ਹੋਏ, ਪੈਸੇ ਦੱਸੋ ਕਿੰਨੇ ਲੈਣੇ ਆ। 80% ਲੋਕ ਆਉਂਦੇ, ਸਭ ਤੋਂ ਵੱਡੀ ਟੈਨਸ਼ਨ ਸਾਨੂੰ ਇਹ ਪਈ ਹੋਈ ਆ ਕਿ ਅਸੀਂ ਦੂਜਾ ਕੋਈ ਅੱਗੇ ਨਾ ਲੰਘ ਜਾਏ। ਪਰ ਇੱਕ ਟੈਨਸ਼ਨ ਰਿਸ਼ਤਿਆਂ ਦੇ ਵਿੱਚ ਇਹ ਆਉਂਦੀ ਹੈ, ਚਾਹੁੰਦੇ ਹੋਏ ਵੀ ਟੈਨਸ਼ਨ ਆ ਜਾਂਦੀ ਹੈ। ਇੱਕ ਕੋਈ ਬੰਦਾ ਸੰਤ ਟਾਈਪ ਬੰਦਾ ਸੀ, ਪਾਠ ਪੂਜਾ ਕਰਨ ਵਾਲਾ ਬੰਦਾ, ਉਹ ਕੁੜੀ ਦਾ ਵਿਆਹ ਕੀਤਾ ਅਤੇ ਜਵਾਈ ਦਾ ਕੰਮ ਕੁੰਮ ਖਾਸ ਚੱਲਦਾ ਨਹੀਂ ਸੀ, ਉਹਨੇ ਉਹਨੂੰ ਵਾਹਵਾ ਪੈਸੇ ਪੂਸੇ ਲਾ ਕੇ ਕੰਮ ਖੋਲ੍ਹਤਾ ਵੀ ਜਦੋਂ ਤੇਰਾ ਕੰਮ ਚੱਲ ਪਿਆ ਭਾਈ ਤਾਂ ਮੈਨੂੰ ਵਾਪਸ ਕਰ ਦੇ। ਜਵਾਈ ਦਾ ਕੰਮ ਚੱਲ ਪਿਆ, ਚੰਗਾ ਚੱਲ ਪਿਆ ਕੰਮ, ਪਰ ਉਹਨੇ ਪੈਸੇ ਵਾਪਸ ਨਾ ਕੀਤੇ ਆਪਦੇ ਸਹੁਰੇ ਦੇ, ਪੈਸੇ ਵਾਪਸ ਨਾ ਕੀਤੇ, ਅਤੇ ਉਹ ਚੱਕ ਚੁਕਾ ਕੇ, ਹੋ ਸਕਦਾ ਉਹਦੀ ਜਵਾਈ ਦੀ ਸੱਸ ਨੇ ਹੀ ਚੱਕਿਆ ਚੁਕਾਇਆ ਹੋਵੇ ਵੀ ਲੈ ਤੁਸੀਂ ਇੰਨੀ ਮਿਹਨਤ ਨਾਲ ਕਮਾਇਆ ਅਤੇ ਉਹਨੂੰ ਦੇਣੇ ਚਾਹੀਦੇ, ਹੁਣ ਫਲਾਨਾ ਧਿਮਕੜਾ, ਆਮ ਤੋਂ ਚੱਕ ਚੁਕਾ ਦੇ ਵਿੱਚ ਬੜਾ ਕੰਮ ਖਰਾਬ ਹੁੰਦਾ ਆਪਾਂ ਦੇਖੀਏ ਰਿਸ਼ਤਿਆਂ ਦੇ ਵਿੱਚ, ਅਤੇ ਉਹ ਉਹਨੂੰ ਪੈਸੇ ਪੂਸੇ ਦਾ ਕਿਹਾ ਉਹਨੇ ਦਿੱਤੇ ਨਹੀਂ, ਤਾਂ ਅਖੀਰ ਲੜਾਈ ਹੋ ਪਈ, ਲੜਾਈ ਵੱਧ ਗਈ ਬਹੁਤ, ਸੱਸ ਸਹੁਰੇ ਦੇ ਵਿੱਚ, ਅਤੇ ਬੋਲਚਾਲ ਬੰਦ ਹੋ ਗਈ ਜਮਾਂ ਹੀ, ਇੱਕ ਦੂਜੇ ਨੂੰ ਦੇਖਣ ਵੀ ਹਟ ਗਏ। ਪਰ ਉਹ ਜਿਹੜਾ ਸੰਤ ਟਾਈਪ ਬੰਦਾ ਸੀ, ਉਹਦਾ ਪੂਜਾ ਵਾਲੇ ਪਾਸੇ, ਪਾਠ ਵਾਲੇ ਪਾਸੇ ਵੀ ਧਿਆਨ ਲੱਗਣੋਂ ਹਟ ਗਿਆ, ਟੈਨਸ਼ਨ ਸੋਚੀ ਜਾਣੀ ਵੀ ਹੁਣ ਜਵਾਈ ਦਾ ਆਪਾਂ ਕਿਵੇਂ ਉਹਨੂੰ ਮੈਂ ਕਰਾਂ ਕਾਬੂ, ਅਤੇ ਕਿਵੇਂ ਉਹਦੇ ਕੋਲ ਮੈਂ ਪੈਸੇ ਕਢਾਵਾਂ, ਸੋਚੀ ਜਾਣਾ, ਸੋਚੀ ਵਾਹ ਵਾਹ 5-7-10 ਸਾਲ ਲੰਘ ਗਿਆ, ਉਹ ਬਿਮਾਰ ਰਹਿਣ ਲੱਗ ਪਿਆ ਸਹੁਰਾ ਟੈਨਸ਼ਨ ਦੇ ਵਿੱਚ, ਜਿਹੜਾ ਜਿਹਨੇ ਪੈਸੇ ਦਿੱਤੇ ਸੀ ਬਜ਼ੁਰਗ ਨੇ। ਉਹ ਪਰ ਕਿਸੇ ਸੰਤ ਕੋਲੇ ਗਿਆ ਵੀ ਮੈਨੂੰ ਇੱਦਾਂ ਇੱਦਾਂ ਆਹ ਟੈਨਸ਼ਨ ਹੈ ਬਾਬਾ ਜੀ, ਅਤੇ ਟੈਨਸ਼ਨ ਦੂਰ ਕਰੋ।
ਕਹਿੰਦਾ ਵੀ ਜੇ ਮੇਰੀ ਮੰਨੇਗਾ ਤਾਂ ਤੇਰੀ ਟੈਨਸ਼ਨ ਦੂਰ ਹੋ ਜੂ। ਕਹਿੰਦਾ ਜੀ ਦੱਸੋ, ਤੂੰ ਕਹਿੰਦਾ ਫਰੂਟ ਲੈ ਥੋੜ੍ਹੇ ਜਿਹੇ, ਇੱਕ ਮਠਿਆਈ ਦਾ ਡੱਬਾ ਲੈ ਕੇ ਅਤੇ ਆਪਣੇ ਜਵਾਈ ਦੇ ਘਰ ਜਾ ਅਤੇ ਉਹਨਾਂ ਨੂੰ ਕਹਿ ਜੀ ਵੀ ਗਲਤੀ ਮੇਰੀ ਸੀ, ਛੱਡੋ ਪਰੇ। ਉਹ ਕਹਿੰਦਾ ਵੀ ਇਹ ਮੈਂ ਕਿਵੇਂ ਕਹਾਂ, ਮੈਂ ਪੈਸੇ ਦਿੱਤੇ ਉਹਨੂੰ, ਉਹਦਾ ਮੈਂ ਕੰਮ ਚਲਾਇਆ, ਉਹਨੂੰ ਮੈਂ ਮਾਫ਼ੀ ਮੰਗਣੀ ਚਾਹੀਦੀ ਹੈ। ਅਤੇ ਉਹ ਕਹਿੰਦਾ ਫਿਰ ਰਹਿਣ ਤਾਂ ਠੀਕ ਹੈ, ਤੇਰੀ ਮਰਜ਼ੀ, ਪਰ ਇਹ ਤੂੰ ਇੱਕ ਵਾਰੀ ਜਮਾ ਕੇ ਦੇਖ ਲੈ, ਤੇਰੇ ਕੰਮ ਆ ਸਕਦਾ। ਚਲੋ ਜੀ, ਉਹਨੇ ਕਿਹਾ ਵੀ ਟੈਨਸ਼ਨ ਰਹਿੰਦੀ ਹੈ ਮਰਨ ਨਾਲੋਂ, ਚਲੋ ਇਹੀ ਠੀਕ ਹੈ। ਗਿਆ ਉਹਨੇ ਜਾ ਕੇ ਬੈਲ ਮਾਰੀ ਅਤੇ ਦੋਤੀ ਨੇ ਉਹਦੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਦੋਤੀ ਨੇ ਇੱਕਦਮ ਰੌਲਾ ਪਾਇਆ, ਬਾਹਰ ਦੇਖੋ ਕੌਣ ਆਇਆ, ਮੰਮੀ ਪਾਪਾ ਬਾਹਰ ਦੇਖੋ ਕੌਣ ਆਇਆ, ਬਹੁਤ ਨਾਨਾ ਜੀ ਆਏ, ਨਾਨਾ ਜੀ ਆਏ, ਨਾਨਾ ਜੀ। ਉਹ ਵੀ ਹੈਰਾਨ ਰਹਿ ਗਏ, ਕੁੜੀ ਮੁੰਡਾ ਵੀ ਜਿਹੜੇ ਉਹਦੇ ਕੁੜੀ ਸੀ ਅਤੇ ਜਵਾਈ ਵੀ ਹੈਰਾਨ ਰਹਿ ਗਏ ਵੀ ਇਹ ਆਏ ਨੇ ਅੱਜ, ਕੀ ਸੁੱਖ ਹੈ। ਅਤੇ ਉਹਨੇ ਰੱਖ ਕੇ ਡੱਬਾ ਲਿਫਾਫੇ ਅਤੇ ਉੱਥੇ ਕਿਹਾ ਵੀ ਬੇਟਾ ਮੈਨੂੰ ਮਾਫ਼ ਕਰ ਦੇ ਵੀ ਮੇਰੀ ਗਲਤੀ। ਇੰਨਾ ਕਹਿਣ ਦੀ ਦੇਰ ਸੀ, ਉੱਥੇ ਜਿਹੜਾ ਮਾਹੌਲ ਹੋਇਆ ਹੋਊਗਾ ਇਮੋਸ਼ਨਲ ਮਾਹੌਲ ਇਹੋ ਜਿਹਾ ਹੋ ਗਿਆ, ਸਾਰੇ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋ ਰਹੇ ਆ। ਜਵਾਈ ਜਿਹੜਾ ਉਹਦੇ ਹੰਝੂ ਆਪਦੇ ਸਹੁਰੇ ਦੇ ਪੈਰਾਂ 'ਤੇ ਗਿਰ ਰਿਹਾ ਤਾਂ ਅੰਦਰੋਂ ਪੈਸੇ ਕੱਢ ਕੇ ਲਿਆਇਆ ਵੀ ਮੈਂ ਆ ਪੈਸੇ ਤੁਸੀਂ ਆਪਣੇ ਲਓ। ਉਹ ਕਹਿੰਦਾ ਵੀ ਨਹੀਂ ਮੈਂ ਪੈਸੇ ਨਹੀਂ ਲੈਣੇ, ਮੈਨੂੰ ਆ ਜੋ ਕੁਛ ਮਿਲ ਗਿਆ ਮੈਨੂੰ ਇਹੀ ਬਹੁਤ ਆ। ਉਹ ਕਹਿੰਦਾ ਵੀ ਜਿੰਦਰ ਹੁਣ ਪੈਸੇ ਨਾ ਦੇਊਂਗਾ ਮੈਨੂੰ ਚੈਨ ਨਹੀਂ ਆਉਣਾ, ਮੈਨੂੰ ਟੈਨਸ਼ਨ ਰਹਿਣੀ ਆ। ਉਹਨੇ ਪੈਸੇ ਫੜ ਕੇ ਜੀ ਬਜ਼ੁਰਗ ਨੇ ਅਤੇ ਆਪਦੇ ਦੋ ਧੀ ਨੂੰ ਅਤੇ ਧੀ ਨੂੰ ਉਹ ਦੇ ਕੇ, ਅਤੇ ਉਦੋਂ ਬਾਅਦ ਇਹੋ ਜਿਹਾ ਮਾਹੌਲ ਹੋ ਗਿਆ, ਟੈਨਸ਼ਨ ਸਭ ਦੀ ਦੂਰ ਹੋ ਗਈ। ਸੋ ਇੱਕ ਤਾਂ ਤਰੀਕਾ ਇਹ ਟੈਨਸ਼ਨ ਦੂਰ ਕਰਨ ਦਾ। ਬਾਕੀ ਮੈਂ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਵੀ ਟੈਨਸ਼ਨ ਅਸਲ ਦੇ ਵਿੱਚ ਤਾਂ ਸਾਨੂੰ ਟੈਨਸ਼ਨ ਜਦੋਂ ਬੰਦਾ ਮੇਰੇ ਖਿਆਲ ਬੱਚਾ ਜਦੋਂ ਪੈਦਾ ਹੁੰਦਾ ਉਦੋਂ ਹੀ ਟੈਨਸ਼ਨ ਥੋੜ੍ਹੀ ਜਿਹੀ ਨਹੀਂ ਹੁੰਦੀ, ਜਿਵੇਂ ਜਿਵੇਂ ਵੱਡਾ ਹੋ ਜਾਂਦਾ ਫਿਰ ਪੜ੍ਹਾਈ ਦੀ ਟੈਨਸ਼ਨ ਹੋ ਜਾਂਦੀ ਹੈ, ਘਰਦਿਆਂ ਨੂੰ ਪਹਿਲਾਂ ਟੈਨਸ਼ਨ ਹੁੰਦੀ ਹੈ ਬੱਚਾ ਪੈਦਾ ਹੋਣ ਵਾਲਾ, ਇਹਨੂੰ ਸਕੂਲੇ ਕਿਹੜੇ ਲਾਉਣਾ। ਅਤੇ ਇੱਕ ਬੱਚਾ ਹਜੇ ਪੈਦਾ ਨਹੀਂ ਹੋਇਆ, ਬੱਚਾ ਪੈਦਾ ਨਹੀਂ ਹੋਇਆ, ਨਾਮ ਰੱਖ ਲਿਆ ਉਹਦਾ ਅਤੇ ਪਤਾ ਵੀ ਹਜੇ 2 ਮਹੀਨੇ ਨੂੰ ਬੱਚੇ ਨੇ ਪੈਦਾ ਹੋਣਾ, ਫਿਰ ਸਕੂਲਾਂ ਦੇ ਮਗਰ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ। ਇੱਕ ਸਕੂਲ 'ਚ ਐਡਮਿਸ਼ਨ ਨਹੀਂ ਮਿਲਿਆ, ਦੂਜੇ ਚੱਲ ਜਾਓ, ਦੂਜਾ 1,00,000 ਮੰਗਦਾ ਉਹ ਤੀਜੇ ਚੱਲ ਜਾਓ, ਇੰਡੀਆ ਦੀ ਗੱਲ ਕਰਦੇ ਹਾਂ। ਅਤੇ ਉਹ ਟੈਨਸ਼ਨ ਤੋਂ ਬਾਅਦ ਬੱਚਾ ਪੈਦਾ ਹੁੰਦਾ, ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਮਾਂ ਬਾਪ ਨੂੰ ਇੰਨੀ ਟੈਨਸ਼ਨ ਆ। ਅਤੇ ਬੱਚਾ ਜਦੋਂ ਵੱਡਾ ਹੁੰਦਾ ਤਾਂ ਉਹਨੂੰ ਫਿਰ ਪੜ੍ਹਾਈ ਦੀ ਟੈਨਸ਼ਨ, ਅਤੇ ਜਿਉਂ ਜਿਉਂ ਟੈਨਸ਼ਨਾਂ ਵੱਧਦੀਆਂ ਜਾਂਦੀਆਂ ਵਿਆਹ ਵਿਊਹ ਹੋ ਜਾਂਦੇ, ਫਿਰ ਪਰਿਵਾਰ ਦੀ ਟੈਨਸ਼ਨ। ਇੱਧਰਲੇ ਮੁਲਕਾਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਦੋ ਟੈਨਸ਼ਨਾਂ, ਇੱਕ ਇੱਧਰ ਆਪਣੀ, ਇੱਕ ਪਿੱਛੇ ਵਾਲਿਆਂ ਦੀ, ਪੰਜਾਬ ਵਾਲਿਆਂ ਦੀ ਵੀ ਟੈਨਸ਼ਨ ਹੈ। ਸੋ ਟੈਨਸ਼ਨ ਜਿਹੜੀ ਹੈਗੀ ਹੈ ਜੀ, ਉਹ ਵਿਗੜ ਕੇ, ਟੈਨਸ਼ਨ ਤੱਕ ਟੈਨਸ਼ਨ ਰਹਿੰਦੀ ਆ, ਅਸੀਂ ਸੋਚਦੇ ਨਹੀਂ, ਮਤਲਬ ਟੈਨਸ਼ਨ ਬਾਰੇ ਨਹੀਂ ਸੋਚਦੇ, ਊਂ ਸੋਚੀ ਜਾਂਦੇ ਰਹਿੰਦੇ ਦਿਨ ਰਾਤ। 2 ਮਿੰਟ ਵੀ ਵਿਹਲੇ ਮਿਲੇ ਆ, ਗੱਡੀ ਚਲਾਉਂਦੇ ਚਲਾਉਂਦੇ ਸੋਚਣਾ ਇਹੋ ਜਿਹੇ ਸੋਚਣਾ ਸ਼ੁਰੂ ਕਰ ਦਿੰਦੇ, ਟੈਨਸ਼ਨਾਂ ਬਾਰੇ ਇਹੋ ਸੋਚਣਾ ਸ਼ੁਰੂ ਕਰਦੇ, ਉਦੋਂ ਪਤਾ ਲੱਗਦਾ ਜਦੋਂ ਪਿੱਛੋਂ ਕੋਈ ਹੌਰਨ ਮਾਰਦਾ ਵੀ ਭਾਈ ਤੋੜ ਲਾ ਇਹਨੂੰ, ਹੋਰ ਵੀ ਤੇਜ਼ ਹੋ ਜਾਂਦੀ ਇਹ। ਇੱਦਾਂ ਦੀ ਗੱਲ ਮੈਂ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਟੈਨਸ਼ਨਾਂ ਤੋਂ ਵਿਗੜ ਕੇ ਅਸੀਂ ਬਾਅਦ 'ਚ ਕਹਿੰਦੇ ਵੀ ਉਹ ਬਣ ਗਿਆ ਹੈਗਾ ਡਿਪਰੈਸ਼ਨ, ਬਣ ਗਈ ਹੈਗੀ ਹੈ। ਔਰ ਡਿਪਰੈਸ਼ਨ ਦੇ ਕੇਸ ਇੰਨੇ ਕੁ ਆ ਰਹੇ ਆ ਅੱਜ ਦੇ ਜ਼ਮਾਨੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ, ਅਸੀਂ ਪੰਜਾਬ ਦੀ ਗੱਲ ਕਰ ਲਈਏ, ਭਾਰਤ ਦੀ ਗੱਲ ਕਰ ਲਈਏ, ਔਰ ਉਮਰ ਦਾ ਇੰਨਾ ਕੋਈ ਲੈਣ ਦੇਣ ਨਹੀਂ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਡਿਪਰੈਸ਼ਨ ਜਿਹੜੀ ਹੈਗੀ ਆ, ਸੋਚ ਸੋਚ ਕੇ ਮਤਲਬ ਪਤਾ ਨਹੀਂ ਕੀ ਹਾਲ ਸਾਡਾ ਹੋਈ ਜਾਂਦਾ। ਇਹ ਚਲੋ ਕੁਝ ਇੱਕ ਪਰਿਵਾਰ ਹੋਣਗੇ, ਕੁਝ ਇੱਕ ਪਰਸੈਂਟ ਲੋਕ ਐਸੇ ਹੋਣਗੇ ਜਿਹੜੇ ਇਸ ਚੀਜ਼ ਤੋਂ ਬਚੇ ਹੋਣਗੇ, ਪਰ ਜ਼ਿਆਦਾਤਰ ਲੋਕ ਜਿਹੜੇ ਆ ਇਸ ਚੀਜ਼ ਨਾਲ ਗ੍ਰਸਤ ਹੈਗੇ ਨੇ। ਕੋਈ ਆਪਣੀ ਟੈਨਸ਼ਨ ਜਿਹੜੀ ਆ ਕਿਸੇ ਨਾਲ ਸਾਂਝੀ ਕਰ ਲੈਂਦਾ, ਕਹਿੰਦੇ ਵੀ ਦੁੱਖ ਜਿਹੜਾ ਉਹ ਵੰਡਿਆਂ ਘਟਦਾ, ਖੁਸ਼ੀ ਜਿਹੜੀ ਆ ਉਹ ਵੰਡਿਆਂ ਵੱਧਦੀ ਹੈ। ਸੋ ਇੱਕ ਇਹ ਵੀ ਗੱਲ ਹੈਗੀ, ਅਤੇ ਦੂਜੀ ਗੱਲ ਇਹ ਵੀ ਹੈਗੀ ਹੈ, ਅਤੇ ਆਲਮ ਲੋਹਾਰ ਸਾਹਿਬ ਤਾਂ ਇਹ ਕਹਿ ਗਏ ਵੀ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਹੀ ਡੁੱਬ ਜਾਈਦਾ, ਐਵੇਂ ਹਾਰੀ ਸਾਰੀ ਨੂੰ ਨਹੀਂ ਸੱਜਣ ਬਣਾਈਦਾ। ਇਹ ਤਾਂ ਚਲੋ ਗੱਲ ਠੀਕ ਹੈ, ਪਰ ਆਪਣੀਆਂ ਸੋਚਾਂ ਵਿੱਚ ਆਪੇ ਹੀ ਡੁੱਬ ਜਾਣਾ, ਇਹ ਮੇਰੇ ਖਿਆਲ ਉਨੀ ਗੱਲ ਸਹੀ ਨਹੀਂ ਹੈਗੀ। ਜਿਹੜਾ ਦੁੱਖ ਹੈਗਾ, ਕੋਈ ਟੈਨਸ਼ਨ ਹੈਗੀ ਆ, ਅਗਰ ਕਿਸੇ ਨਾਲ ਗੱਲ ਕਰਾਂਗੇ ਤਾਂ ਉਹਦੇ ਵੀ ਹੱਲ ਵੀ ਨਿਕਲ ਸਕਦੇ ਨੇ, ਹੋਰ ਹਰ ਚੀਜ਼ ਦਾ ਹੱਲ ਹੈਗਾ। ਰਿਸ਼ਤਿਆਂ ਦੀ ਆਪਾਂ ਗੱਲ ਕੀਤੀ ਹੈ, ਟੈਨਸ਼ਨ ਦੀ, ਰਿਸ਼ਤਿਆਂ ਦੇ ਵਿੱਚ ਇੰਨੇ ਕੁ ਹੱਲ ਨੇ ਜਿਹੜੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਅਸੀਂ ਕਰਦੇ ਕੱਢਣ ਦੀ। ਠੀਕ ਹੈ, ਤੂੰ ਕੌਣ ਅਤੇ ਮੈਂ ਕੌਣ, ਅੱਛਾ ਤੂੰ ਇਹ ਆ ਅਤੇ ਮੈਂ ਫਿਰ ਐਂ ਵਾ, ਚੱਲ ਐਂ ਆ ਅਤੇ ਐਂ ਆ, ਆ ਜਾ ਫਿਰ ਆ ਜਾ, ਆਹੀ ਗੱਲ ਹੋ ਕੇ ਗੱਲ ਜਿਹੜੀ ਬਹੁਤ ਵੱਧ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਅੱਜ ਗੱਲਾਂ ਪਤਾ ਕਰਾਂਗੇ ਜੀ ਆਪਾਂ। ਟੈਨਸ਼ਨਾਂ ਤੋਂ ਮੁਕਤ ਤਾਂ ਖੈਰ ਨਹੀਂ ਹੋ ਸਕਦਾ, ਨਾਨਕ ਦੁਖੀਆ ਸਭ ਸੰਸਾਰ, ਪਰ ਟੈਨਸ਼ਨਾਂ ਨੂੰ ਘਟਾਇਆ ਕਿਵੇਂ ਜਾ ਸਕਦਾ, ਇਹ ਮੈਂ ਜ਼ਰੂਰ ਤੁਹਾਡੇ ਕੋਲ, ਸਾਡੇ ਦਰਸ਼ਕਾਂ ਕੋਲੋਂ, ਸਾਡੇ ਉਹਨਾਂ ਦਰਸ਼ਕਾਂ ਵਾਸਤੇ ਟਿਪ ਚਾਹੁੰਦਾ, ਉਹਨਾਂ ਦਰਸ਼ਕਾਂ ਵਾਸਤੇ ਸਲਾਹ ਚਾਹੁੰਦਾ ਜਿਹੜੇ ਜ਼ਿਆਦਾ ਟੈਨਸ਼ਨ ਦੇ ਵਿੱਚ ਗ੍ਰਸਤ ਨੇ। ਔਰ ਸਵਾਲ ਇਹੀ ਹੁੰਦਾ ਸਭ ਦਾ ਕਿ ਟੈਨਸ਼ਨਾਂ ਤੋਂ, ਟੈਨਸ਼ਨਾਂ ਨੂੰ ਘਟਾਈਏ ਕਿਵੇਂ, ਟੈਨਸ਼ਨਾਂ ਨੂੰ ਘਟਾਈਏ ਕਿਵੇਂ, ਟੈਨਸ਼ਨਾਂ ਨੂੰ ਘਟਾਈਏ ਕਿਵੇਂ, ਕਿਸ ਕਿਸ ਤਰ੍ਹਾਂ ਦੀਆਂ ਟੈਨਸ਼ਨਾਂ ਨੇ ਸਾਡੇ ਸਮਾਜ ਦੇ ਅੰਦਰ, ਅਤੇ ਕਿਸ ਤਰ੍ਹਾਂ ਉਹ ਟੈਨਸ਼ਨਾਂ ਘਟਾਈਆਂ ਜਾ ਸਕਦੀਆਂ,
ਇਹ ਮੇਰਾ ਅੱਜ ਦਾ ਵਿਸ਼ਾ ਹੋਏਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹਾਂ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਅਤੇ ਨਾਲ ਦੀ ਨਾਲ ਅਸੀਂ ਅਗਰ ਗੱਲ ਕਰੀਏ, ਟੈਨਸ਼ਨ ਦੀ ਗੱਲ ਚੱਲ ਰਹੀ ਹੈ ਤਾਂ ਜ਼ਰੂਰ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਕੋਲੋਂ ਕੋਈ ਨਾ ਕੋਈ ਸੁਨੇਹਾ ਕਿ ਟੈਨਸ਼ਨਾਂ ਹੈ ਕਿਹੜੀਆਂ ਕਿਹੜੀਆਂ। ਸਾਡੀ ਕਮਿਊਨਿਟੀ ਦੀ ਅਸੀਂ ਅਗਰ ਗੱਲ ਕਰੀਏ ਤਾਂ ਨਾਲ ਦੀ ਨਾਲ ਉਹਨਾਂ ਨੂੰ ਘਟਾਇਆ ਕਿਵੇਂ ਜਾ ਸਕਦਾ। ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਰੰਗ ਬੰਨਣ ਵਾਸਤੇ ਦੇਵਿੰਦਰ ਹੋਠੀ ਸਾਹਿਬ ਸਾਡੇ ਨਾਲ ਹੈਗੇ ਨੇ ਫੋਨ ਲਾਈਨ 'ਤੇ, ਅਤੇ ਉਹਨਾਂ ਦੀ ਗੱਲ ਕਰਦੇ, ਉਹਨਾਂ ਦੀ ਕਵਿਤਾ ਸੁਣਦੇ ਹਾਂ ਕੀ ਕਹਿੰਦੇ ਹੈਗੇ ਨੇ। ਜੀ ਜੀ ਹੋਠੀ ਸਾਹਿਬ, ਹਾਂ ਜੀ ਦਵਿੰਦਰ ਹੋਠੀ ਸਾਹਿਬ ਸਤਿ ਸ਼੍ਰੀ ਅਕਾਲ। ਹਾਂ ਜੀ ਸਤਿ ਸ਼੍ਰੀ ਅਕਾਲ ਭਾਅ ਜੀ। ਹਾਂ ਜੀ ਕੀ ਹਾਲ ਚਾਲ ਹੈ? ਕੀ ਹਾਲ ਹਾਲ ਚਾਲ? ਬਿਲਕੁਲ ਭਾਅ ਜੀ, ਕੋਈ ਟੈਨਸ਼ਨ ਨਹੀਂ ਹੈ ਕਿਸੇ ਪਾਸੋਂ ਵੀ, ਚੜ੍ਹਦੀ ਕਲਾ। ਨਹੀਂ ਇਸ ਵੇਲੇ ਟੈਨਸ਼ਨ ਨਹੀਂ ਹੈ ਜੀ, ਵੈਸੇ ਵੀ ਨਹੀਂ ਹੁੰਦੀ। ਇਸ ਵੇਲੇ 8 ਵੱਜ ਗਏ ਨਾ, ਮੈਂ ਕਿਹਾ ਸ਼ਾਇਦ ਇਸ ਵੇਲੇ ਟੈਨਸ਼ਨ ਘੱਟ ਜਾਂਦੀ ਹੋਊ। ਨਹੀਂ ਨਹੀਂ ਹਾਲੇ ਬਾਹਰ ਕੰਮ ਤਾਂ ਹਾਲੇ ਟੈਨਸ਼ਨ ਘਟਾਉਣ ਵਾਲਾ ਕੰਮ ਨਹੀਂ ਕੀਤਾ। ਪਰ ਗੱਲ ਇੱਦਾਂ ਆ ਵੀ ਟੈਨਸ਼ਨ ਹੈ ਨਾ ਭਾਅ ਜੀ, ਟੈਨਸ਼ਨ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜੀ ਨੌ ਨਾ ਹੀ ਕ੍ਰੀਏਟ ਹੁੰਦੀ ਹੈ, ਨਵੀਂ ਨਵੀਂ ਬਣਦੀ ਤਾਜ਼ੀ ਤਾਜ਼ੀ ਹਰ ਮੂਵਮੈਂਟ 'ਤੇ, ਹਰ ਪਲ 'ਤੇ। ਕਿਸੇ ਨੂੰ ਟੈਨਸ਼ਨ ਵੱਡੀ ਹੁੰਦੀ, ਕਿਸੇ ਨੂੰ ਛੋਟੀ। ਤਾਂ ਇੱਕ ਵਾਰੀ ਅਮਲੀ ਨੂੰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਅਮਲੀਆ ਤੂੰ ਵਿਆਹ ਨਹੀਂ ਕਰਾਇਆ? ਕਹਿੰਦਾ ਯਾਰ ਵਿਆਹ ਤਾਂ ਮੈਂ ਉਹਨੂੰ 2-3 ਕਰਾਉਣੇ ਸੀ, ਬੜੀ ਟੈਨਸ਼ਨ ਹੀ ਮਾਰ ਗਈ। ਕਹਿੰਦਾ ਤੈਨੂੰ ਕਾਹਦੀ ਟੈਨਸ਼ਨ ਬਾਪ, ਆਹ ਹੀ ਕਹਿੰਦਾ ਕਦੀ ਅਮਰੀਕਾ ਬੰਬ ਬਣਾਈ ਜਾਂਦਾ, ਕਦੀ ਪਾਕਿਸਤਾਨ ਬਣਾਈ ਜਾਂਦਾ। ਉਹ ਇਹ ਆ ਵੀ ਬਿਮਾਰੀ ਸ਼ੁਰੂ ਹੋਈ ਆ, ਪੈਨਾਡੈਮਿਕ ਸ਼ੁਰੂ ਹੋਇਆ, ਉਦੋਂ ਨਾ ਲੋਕਾਂ ਨੂੰ ਸੀਗਾ ਵੀ ਹੁਣ ਟੈਨਸ਼ਨ ਪੈ ਗਈ, ਹੁਣ ਕੰਮ ਕਾਰ ਰੁਕ ਗਏ, ਫਿਰ ਕਿੱਦਾਂ ਖਰਚਾ ਵਰਚਾ ਚਲਾਉਣਾ। ਜਦੋਂ ਗੌਰਮੈਂਟ ਨੇ ਗੱਫੇ ਦੇਣੇ ਸ਼ੁਰੂ ਕੀਤੇ, ਫਿਰ ਟੈਨਸ਼ਨ ਪੈ ਗਈ, ਉਹਨਾਂ ਨੂੰ ਵਰਤੀ ਕਿੱਥੇ ਮਾੜਾ ਮਾੜਾ ਹੋਰ ਰੱਖ। ਉਹ ਜਿਵੇਂ ਗੱਲ ਕਰਦੇ ਨਾ, ਬੰਦਾ ਘੁੰਮੀ ਜਾਂਦਾ ਸੀ ਘਰ ਵਾਲੀ, ਕਹਿੰਦੀ ਟੈਨਸ਼ਨ ਹੈ ਕਾਹਦੀ? ਕਹਿੰਦਾ ਇਹੀ ਸਮਝਦੇ ਟੈਨਸ਼ਨ ਹੈ ਕਾਹਦੀ ਆ। ਸੋਚੀ ਗਿਆ ਕਾਫੀ ਦੇਰ, ਸੋਚੀ ਗਿਆ ਵੀ ਟੈਨਸ਼ਨ ਕਾਹਦੀ, ਉਹ ਬਾਅਦ 'ਚ ਚੇਤਾ ਆਇਆ ਉਹ ਟੈਨਸ਼ਨ। ਇਹ ਸੀ ਸਵੇਰੇ ਜਲਦੀ ਉੱਠਣਾ, ਅਤੇ ਸਵੇਰੇ ਜਲਦੀ ਉੱਠਣਾ। ਜਿੱਦਾਂ ਨਿੱਕੀਆਂ ਨਿੱਕੀਆਂ ਕਈ ਵਾਰੀ ਸਰਕਾਰਾਂ ਟੈਨਸ਼ਨ ਪਾ ਦਿੰਦੀਆਂ, ਜਿੱਦਾਂ ਉਹਨੇ ਉਹ ਬੀਬੀਆਂ ਨੂੰ ਬੱਸਾਂ ਦਾ ਪਿੱਛੇ ਜਿਹਾ ਕਿਰਾਇਆ ਨਹੀਂ ਫ੍ਰੀ ਕੀਤਾ, ਚੁੰਨੀ ਵੀ ਰਗਾਉਣੀ ਆ ਬਠਿੰਡਿਓ, ਤਾਂ ਕਿਤੇ ਚੰਡੀਗੜ੍ਹ ਰਗਾ ਲਿਆਉਂਦੇ। ਹੁਣ ਕਿਹੜਾ ਕਿਰਾਇਆ ਲੱਗਣਾ? ਹੁਣ ਤਾਂ ਬੀਬੀਆਂ ਇਹ ਵੀ ਹੈ ਵੀ ਚੱਲ ਮੈਂ ਅੱਜ ਮੈਂ ਵਿਹਲੀ ਹਾਂ, ਚੱਲ ਮੈਂ ਫਲਾਣੇ ਰਿਸ਼ਤੇਦਾਰ ਕੋਲ ਜਾ ਆਉਂਦੀ ਹਾਂ। ਅੱਛਾ ਨਹੀਂ, ਮੈਂ ਟੈਨਸ਼ਨ ਤਾਂ ਖੈਰ ਹੁੰਦੀਆਂ ਹੀ ਆ, ਟੈਨਸ਼ਨ ਤਾਂ ਸਾਰਾ ਕੁਛ ਹੀ ਹੁੰਦਾ ਹੀ ਆ, ਨਾਲ ਨਾਲ ਚੱਲੀ ਜਾਂਦਾ। ਮੈਨੂੰ ਇਹ ਸੀ ਵੀ ਮੈਨੂੰ ਪਰਸੋਂ ਚੌਥ ਇੱਕ ਬੀਬੀ ਜੀ ਬਜ਼ੁਰਗ ਸੀਗੇ, ਉਹਨਾਂ ਨੇ ਪੁੱਛਿਆ ਵੀ ਟੈਨਸ਼ਨਾਂ ਤਾਂ ਉਹ ਕਿਵੇਂ ਘੱਟ ਸਕਦੀਆਂ, ਟੈਨਸ਼ਨ ਦਾ ਹੱਲ ਕੀ, ਇੱਕ ਦਵਾਈ ਹੈਗੀ ਟੈਨਸ਼ਨਾਂ ਦੀ? ਸੋ ਮੈਂ ਕਿਹਾ ਚਲੋ ਦਰਸ਼ਕਾਂ ਨਾਲ ਹੀ ਸਾਂਝਾ ਕਰ ਲੈਂਦੇ ਸਾਰੀ ਗੱਲਬਾਤ। ਅਤੇ ਅਦਰਵਾਈਜ਼ ਟੈਨਸ਼ਨ ਕੋਈ ਸੋਚੀਏ, ਜੇ ਕੁਛ ਪਰਸੈਂਟ ਲੋਕ ਹੋਣਗੇ ਜਿਹਨਾਂ ਨੂੰ ਸੱਚੀ ਮੁੱਚੀ ਕੋਈ ਟੈਨਸ਼ਨ ਨਹੀਂ ਹੋਊਗੀ, ਇੱਕ ਮੋਦੀ ਨੂੰ ਛੱਡ ਕੇ ਉਹਨੂੰ ਛੇੜ ਕੇ ਦੇਖੋ, ਉਹ ਕਹਿੰਦਾ ਹੋਣਾ ਮੇਰੇ ਜਿੰਨੀ ਟੈਨਸ਼ਨ, ਕਿਸੇ ਨੂੰ ਨਹੀਂ ਖੈਰ ਏਦਾਂ ਦਾ ਭਾਅ ਜੀ, ਇੱਦਾਂ ਟੈਨਸ਼ਨ ਆ ਨਾ, ਟੈਨਸ਼ਨ ਨੂੰ ਇਹ ਤੁਹਾਨੂੰ ਕਰਨਾ ਪੈਂਦਾ, ਇਹਦੇ ਨਾਲ ਦੋ ਦੋ ਹੱਥ ਹੋਣਾ ਪੈਂਦਾ, ਇਹ ਤੋਂ ਬਿਨਾਂ ਦੂਜਾ ਕੋਈ ਰਸਤਾ ਹੀ ਨਹੀਂ ਹੈ। ਨਹੀਂ ਇੱਕ ਤਾਂ ਇਹ ਹੈ, ਟੈਨਸ਼ਨ ਹਾਂਜੀ ਹਾਂਜੀ ਬੋਲੋ ਬੋਲੋ, ਜੇਕਰ ਤੁਹਾਡੀ ਟੈਨਸ਼ਨ ਨੂੰ ਕੋਈ ਹੋਰ ਹੱਲ ਕਰ ਦੇਵੇ ਨਾ, ਤੇ ਤੁਹਾਨੂੰ 2-4 ਹੋਰ ਪੈ ਜਾਣੀਆਂ ਇਕੱਠੀਆਂ। ਅੱਛਾ ਅੱਛਾ, ਆਹ ਵੀ ਕਰੋ ਟੈਨਸ਼ਨ ਹੱਲ। ਨਹੀਂ ਵੈਸੇ ਦੂਜਾ ਪੱਖ ਜੇ ਦੇਖੀਏ ਤਾਂ ਸਿਆਣੇ ਕਹਿੰਦੇ ਜੇ ਤੁਸੀਂ ਕਿਸੇ ਚੀਜ਼ ਦੀ ਫਿਕਰ ਹੀ ਨਹੀਂ ਕਰੋਗੇ ਤਾਂ ਕੰਮ ਸਿਰੇ ਕਿਵੇਂ ਚੜੂ? ਬਿਲਕੁਲ ਬਿਲਕੁਲ ਜੀ, ਇਹਦਾ ਜਿਹੜਾ ਆ ਤੁਹਾਨੂੰ ਰਿਸਕ ਲੈਣੇ ਪੈਂਦੇ ਆ, ਉਹਦੇ ਬਾਰੇ ਫਿਕਰ ਕਰਨਾ ਪੈਂਦਾ, ਟੈਨਸ਼ਨ ਲੈਣੀ ਪੈਂਦੀ ਆ, ਸੋਚਣਾ ਪੈਂਦਾ, ਫਿਰ ਉਹ 'ਤੇ ਬੰਦਾ ਕੰਮ ਕਰਦਾ। ਨਹੀਂ ਤਾਂ ਜੇ ਤੁਸੀਂ ਰਿਸਕ ਨਹੀਂ ਲੈਂਦੇ, ਟੈਨਸ਼ਨ ਨਹੀਂ, ਮੈਂ ਕਹਿੰਦਾ ਵੀ ਅੱਧੇ ਲੋਕੀ ਇੱਥੇ ਜਿੰਨੇ ਇੱਥੇ ਬਾਹਰ ਅਮਰੀਕਾ ਕੈਨੇਡਾ 'ਚ ਬੈਠੇ ਆਪਣੇ ਬਾਹਰਲੇ ਮੁਲਕਾਂ 'ਚ, ਮੈਨੂੰ ਲੱਗਦਾ 90% ਜੇ ਟੈਨਸ਼ਨ ਨਾ ਲੈਂਦੇ ਤਾਂ ਬਾਹਰ ਨਿਕਲਦੇ ਹੀ ਨਾ। ਅਤੇ ਅੱਛਾ ਜੀ, ਚਲੋ ਮੈਂ ਕਿਹਾ ਵੀ ਟੈਨਸ਼ਨ ਜਿਹੜੀ ਇੱਕ ਸਭ ਤੋਂ ਵੱਡੀ ਸੀਗੀ ਅਮੈਰੀਕਾ ਦੇ ਵਿੱਚ ਤਾਂ ਘਟੀ ਜਾਂਦੀ ਥੋੜ੍ਹੀ ਜਿਹੀ, ਅਤੇ ਨਿਊਯਾਰਕ ਦਾ ਮੇਅਰ ਜਿਹੜਾ ਉਹਨੇ ਅਨਾਊਂਸ ਕਰਤਾ ਵੀ 1 ਜੁਲਾਈ ਤੋਂ ਨਿਊਯਾਰਕ ਸਟੇਟ ਜਿਹੜੀ ਹੈ ਪੂਰੀ ਤਰ੍ਹਾਂ ਫੁੱਲ ਫਲੈਸ਼ ਖੋਲ ਦਿੱਤੀ ਜਾਏਗੀ। ਚੰਗੀ ਗੱਲ ਹੈ, ਜਦੋਂ ਟੀਕੇ ਲੱਗ ਰਹੇ ਆ ਲੋਕਾਂ ਦੇ ਧੜਾ ਧੜ ਜਿਹੜੇ, ਬਾਕੀ ਉਹ ਤੱਕ ਕਾਫੀ ਜ਼ਿਆਦਾ ਲੱਗ ਜਾਣਗੇ, ਅਤੇ ਖੁੱਲ੍ਹਣਾ ਵੀ ਚਾਹੀਦਾ ਕਿੰਨਾ ਕੁ ਚਿਰ ਇੱਦਾਂ ਕੰਮ ਚੱਲੂਗਾ। ਚਲੋ ਟੈਨਸ਼ਨ ਵਾਲੇ ਪਾਸੇ ਆਪਾਂ ਆਉਂਦੇ, ਅਤੇ ਕੱਲ੍ਹ ਬਾਈਡਨ ਸਾਹਿਬ ਨੇ 100 ਦਿਨ ਪੂਰੇ ਹੋਣ 'ਤੇ ਜਿਹੜੀ ਸਪੀਚ ਦਿੱਤੀ ਆ, ਅਤੇ ਉੱਥੇ ਮੇਰੇ ਖਿਆਲ 200 ਬੰਦਾ ਸੀਗਾ, 1600 ਦੇ ਹੀ ਨਹੀਂ ਸੀ। ਅੱਗੇ ਅੱਗੇ ਸੁਣੋ ਗੱਲ, ਮਤਲਬ 200 ਬੰਦਾ ਸੀ, ਸਾਰੇ ਦੂਰ ਦੂਰ ਬੈਠੇ ਸੀ, ਡਬਲ ਡਬਲ ਮਾਸਕ ਪਾਇਆ ਸੀ ਸਭ ਨੇ। 1600 ਦੀ ਕਪੈਸਿਟੀ ਹੈਗੀ ਉਸ ਹਾਲ ਦੀ ਜਿੱਥੇ ਉਹ ਬੈਠੇ ਸੀ, 1600 ਦੀ ਕਪੈਸਿਟੀ ਹੈਗੀ ਆ, 1600 ਦੀ ਕਪੈਸਿਟੀ ਵਾਲੇ ਹਾਲ 'ਚ 200 ਬੰਦਾ ਸੀ, ਚੰਗੀ ਗੱਲ ਸੀ, ਸਾਰਿਆਂ ਦੀ ਵੈਕਸੀਨ ਲੱਗੀ ਸੀ। ਉੱਥੇ ਇੱਕ ਚੀਜ਼ ਇਹ ਜ਼ਰੂਰ ਦਿਮਾਗ ਦੇ ਵਿੱਚ ਆਉਂਦੀ ਹੈ ਵੀ ਕੀ ਲੋਕਾਂ ਨੂੰ ਜਿਹੜਾ ਡਰ ਬੈਠਾ ਹੋਇਆ, ਡਰ ਘਟਾਉਣ ਵਾਸਤੇ ਵੀ ਤਾਂ ਸਾਨੂੰ ਹੀ ਕੁਛ ਕਰਨਾ ਪਏਗਾ ਨਾ।
ਹੁਣ ਬਾਹਲੇ ਲੋਕ ਤਾਂ ਜਿਨ੍ਹਾਂ ਨੂੰ ਵੈਕਸੀਨ ਲੱਗ ਗਈ ਹੈ ਅਤੇ ਮੇਰਾ ਖਿਆਲ ਵੈਕਸੀਨ ਜੋ ਲੱਗ ਗਈ ਹੈ ਅਤੇ ਉਦੋਂ ਡਰ ਹਟ ਜਾਣਾ ਚਾਹੀਦਾ। ਅਜੇ ਵੀ ਅਸੀਂ ਵੈਕਸੀਨ ਲੱਗੀ ਵਾਲੇ ਜਿਹੜੇ ਬੰਦੇ ਨੇ ਉਹ ਵੀ ਡਬਲ ਡਬਲ ਮਾਸਕ ਪਾਉਂਦੇ ਦੇਖੇ ਨੇ। ਨਹੀਂ ਉਹਦੇ ਬਾਰੇ ਜਦੋਂ ਪੂਰਾ ਆਪਾਂ ਪੜ੍ਹੀਦਾ ਜਾਂ ਸੁਣੀਦਾ ਉਹ ਇਹੀ ਆ ਵੀ ਉਹ ਜਿਹੜਾ ਟੀਕਾ ਲੱਗ ਗਿਆ ਨਾ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕਰੋਨਾ ਹੋਣਾ ਨਹੀਂ ਹੈ, ਤੁਹਾਨੂੰ ਹੋ ਵੀ ਜਾਣਾ ਗਾਂ ਤੁਸੀਂ ਦੂਜਿਆਂ ਨੂੰ ਵੀ ਪ੍ਰਸ਼ਾਦਾ ਵੰਡ ਦੇਣਾ, ਪਰ ਹਾਂ ਇਹ ਆ ਵੀ ਉਹ ਕਹਿੰਦੇ ਵੀ ਇਹ ਲੱਗੀ ਆ ਤੁਹਾਡੀ ਜਿਹੜੀ ਜਾਨ ਆ ਉਹ ਬਚ ਜੂਗੀ। ਹਾਂ ਡੈਫੀਨੇਟਲੀ, ਇਸ ਕਰਕੇ ਇਹ ਚੀਜ਼ ਹਾਲੇ ਉਹਨਾਂ ਨੇ ਕਿਤੇ ਨਹੀਂ ਕਹੀ ਕਿ ਜੇ ਵੈਕਸੀਨ ਲੱਗੀ ਆ ਤਾਂ ਤੁਸੀਂ ਮਾਸਕ ਲਾ ਦਿਓ ਜਾਂ ਲਾਗੇ ਲਾਗੇ ਬਹਿਣਾ ਸ਼ੁਰੂ ਕਰ ਦਿਓ, ਇਹ ਕਿਸੇ ਨੇ ਵੀ ਨਹੀਂ ਕਹੀ, ਕਿਤੇ ਵੀ ਨਹੀਂ ਕਹੀ ਇਹ ਗੱਲ। ਭਾਰਤੀ ਤਾਂ ਅੱਛਾ ਇੰਨੀ ਮਾੜੀ ਰੈਪੂਟੇਸ਼ਨ ਬਣ ਗਈ, ਆਸਟ੍ਰੇਲੀਆ ਗਏ ਨੇ ਬੰਦੇ ਨੈਗੇਟਿਵ ਰਿਪੋਰਟ ਲੈ ਕੇ, ਜਿਹੜਾ ਉਹ ਟੈਸਟ ਰਿਪੋਰਟ ਹੁੰਦੀ ਆ RT-PCR ਅਤੇ ਉਹ ਉਹਨਾਂ ਵਿੱਚੋਂ ਵੀ ਪੋਜ਼ਿਟਿਵ ਨਿਕਲੇ। ਅਤੇ ਸਿੰਗਾਪੁਰ ਭਾਰਤ ਤੋਂ ਇੱਕ ਫਲਾਈਟ ਆਈ ਸੀਗੀ, ਸਿੰਗਾਪੁਰ ਕਿਤੇ ਕਿੱਥੇ ਆਈ ਸੀ ਉੱਥੋਂ ਵੀ ਜਿਹੜੇ 23 ਭਾਰਤੀ ਮੁਸਾਫਰ ਜਿਹੜੇ ਨੇ ਉਹ ਪੋਜ਼ਿਟਿਵ ਨਿਕਲੇ ਨੇ। ਅਤੇ ਹੁਣ ਮੈਨੂੰ ਲੱਗਦਾ ਜਮ੍ਹਾਂ ਹੀ ਸਾਰੇ ਮੁਲਕ ਦਾ ਬੰਦ ਕਰਾਉਣਗੇ ਹੁੱਕਾ ਪਾਣੀ ਇਹ। ਨਹੀਂ ਬੰਦ ਕਰਾਉਣਗੇ ਕਿਉਂਕਿ ਉੱਥੋਂ ਸਾਰਾ ਕੁਛ, ਹੁਣ ਬਾਹਰਲੇ ਮੁਲਕਾਂ ਨੂੰ ਵੀ ਪਤਾ ਹੈ ਕਿ ਉੱਥੋਂ ਸਾਰਾ ਕੁਛ ਪੈਸੇ ਦੇ ਕੇ ਰਿਪੋਰਟਾਂ ਬਣੀ ਜਾਂਦੀਆਂ, ਸਭ ਕੁਛ ਹੋਈ ਜਾਂਦਾ ਉੱਥੇ। ਉਹ ਟੀਕੇ ਵਾਲੀ ਫੋਟੋ ਨਹੀਂ ਉੱਥੇ ਘੁੰਮ ਰਹੀ, ਜਿਹੜਾ ਉਹ ਟੀਕਾ ਲਾਉਣ ਦਾ ਹੀ ਉਹਦੇ ਵੀਡੀਓ ਘੁੰਮ ਰਹੀ ਆ, ਉਹਦੇ ਸਕੂਲ 'ਚ ਭੋ ਕੇ ਬਾਹਰ ਕੱਢ ਲਿਆ ਹਨਾ, ਟੀਕਾ ਲਾਇਆ ਹੀ ਨਹੀਂ, ਭਰੀ ਭਰਾਈ ਫਰੈਂਚ ਬਾਹਰ ਕੱਢ ਲਈ, ਵਿੱਚ ਘੁੰਮੋ ਗਏ ਟੀਕਾ ਇੱਦਾਂ ਗਾਂਹ ਭੇਜ ਦੇਣਾ। ਸੋ ਇਹ ਵੀਡੀਓ ਲੋਕਾਂ ਸਾਹਮਣੇ ਆ ਰਹੀਆਂ ਅਤੇ ਕੋਈ ਨਹੀਂ ਚਾਹੁੰਦਾ ਕਿ ਦੁਬਾਰਾ ਚਲੋ ਕਿਸੇ ਮੁਲਕ ਦੇ ਵਿੱਚ ਪਵੇ ਖਿਲਾਰਾ। ਬਿਲਕੁਲ ਬਿਲਕੁਲ, ਅੱਗੇ ਹੁਣ ਅੱਗੇ ਕਹਿੰਦੇ ਸੀ ਜੀ NRI ਬੰਬ ਕਹਿੰਦੇ ਹੁੰਦੇ ਸੀ ਜਦੋਂ ਸ਼ੁਰੂ ਦੇ ਵਿੱਚ, ਅਤੇ ਹੁਣ ਭਾਰਤੀ ਬੰਬ ਜਿਹੜੇ ਨੇ ਉਹਨਾਂ ਤੋਂ ਬਚਣ ਦੀ ਲੋੜ ਹੈਗੀ ਆ ਅਤੇ ਬਚਾਅ ਰੱਖਣ ਦੀ ਲੋੜ ਹੈਗੀ। ਚਲੋ ਦਵਿੰਦਰ ਆਪਾਂ ਟੈਨਸ਼ਨ ਵਾਲੇ ਪਾਸੇ ਚੱਲੀਏ। ਆਪਾਂ ਛੋਟਾ ਸਵਾਲ ਇਹ ਕਿ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਤਕਰੀਬਨ ਅਸੀਂ ਗੱਲ ਕਰੀਏ ਤਾਂ ਕਿਸ ਟਾਈਪ ਦੀਆਂ ਟੈਨਸ਼ਨਾਂ ਜ਼ਿਆਦਾ ਹੈਗੀਆਂ ਨੇ ਅਤੇ ਉਹਨਾਂ ਤੋਂ ਹੱਲ ਕੀ ਹੈ? ਦੇਖੋ ਹੱਲ ਤਾਂ ਫਿਰ ਉਹੀ ਗੱਲ ਆ ਵੀ ਹੱਲ ਤਾਂ ਹਰ ਇੱਕ ਦਾ ਆਪੋ ਆਪਣਾ। ਕੁਛ ਟੈਨਸ਼ਨਾਂ ਹੁੰਦੀਆਂ ਵੀ ਜਿਹੜੀ ਇਕੱਠਿਆਂ ਨੂੰ ਪੈ ਗਈ ਤੇ ਉਹ ਇਕੱਠਿਆਂ ਦਾ ਹੱਲ ਹੋ ਗਿਆ, ਜਿਵੇਂ ਕਿ ਆ ਮਹਾਮਾਰੀ ਹਨਾ, ਫਿਰ ਬਿਮਾਰੀ ਫੈਲੀ ਤੇ ਵੈਕਸੀਨੇਸ਼ਨ ਬਣ ਗਈ, ਸਾਰਿਆਂ ਦਾ ਇਕੱਠਿਆਂ ਦਾ ਹੱਲ। ਪਰ ਜਿਹੜੀਆਂ ਪਰਸਨਲ ਟੈਨਸ਼ਨ ਆ ਜਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ 'ਚ ਪੈਦਾ ਹੁੰਦੀਆਂ, ਯਾਰਾਂ ਦੋਸਤਾਂ 'ਚ ਪੈਦਾ ਹੁੰਦੀਆਂ, ਚਿੰਤਾ ਜਿਹਦੇ ਜਿਹੜੇ ਸਿਰ ਪੈਰ ਨਹੀਂ, ਆਪਾਂ ਉਹਨਾਂ ਦੀ ਗੱਲ ਕਰਦੇ। ਦੇਖੋ ਇੱਕ ਚੀਜ਼ ਤੇ ਇਹ ਆ ਵੀ ਜਦੋਂ ਨਾ ਟੈਨਸ਼ਨ ਦੋ ਤਰ੍ਹਾਂ ਦੀ ਭਾਜੀ ਹੁੰਦੀ ਆ, ਇੱਕ ਤਾਂ ਜਦੋਂ ਤੁਹਾਨੂੰ ਨਾ ਤੁਹਾਡੇ ਮੁੱਢਲੇ ਹਾਲਾਤ ਘਰ ਦੇ ਚੰਗੇ ਨਹੀਂ ਹੈ, ਤੁਸੀਂ ਫਾਈਨੈਂਸ਼ਲੀ ਸਟਰੋਂਗ ਨਹੀਂ ਹੈ, ਜਾਂ ਤੁਹਾਨੂੰ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਹੈ, ਇੱਕ ਤਾਂ ਟੈਨਸ਼ਨ ਉਹ ਹੁੰਦੀ ਹੈ ਸਭ ਤੋਂ ਵੱਡੀ। ਹਾਂ ਨਹੀਂ ਉਹ ਤੋਂ ਵੱਡੀ ਮੈਂ ਤੁਹਾਨੂੰ ਹੁਣ ਦੱਸਣ ਲੱਗਾ, ਉਹ ਤਾਂ ਹੁੰਦੀ ਆ, ਉਹ ਤਾਂ ਵੱਡੀ ਆ, ਛੋਟੀ ਨਹੀਂ ਆ, ਉਹ 'ਚ ਤਾਂ ਕੋਈ ਸ਼ੱਕ ਨਹੀਂ ਹੈ, ਉਹ ਤਾਂ ਵੱਡੀ ਟੈਨਸ਼ਨ ਆ। ਪਰ ਇੱਕ ਜਿਹੜੀ ਆ ਹੋਰ ਟੈਨਸ਼ਨ ਜਿਹੜੀ ਤੁਸੀਂ ਸਵਾਲ ਕੀਤਾ ਵੀ ਰਿਸ਼ਤੇਦਾਰੀਆਂ 'ਚ ਜਾਂ ਇੱਧਰ ਉੱਧਰ, ਇੱਕ ਟੈਨਸ਼ਨ ਇਹ ਹੁੰਦੀ ਜਦੋਂ ਤੁਹਾਡੀਆਂ ਫਾਈਨੈਂਸ਼ਲੀ ਲੋੜਾਂ ਪੂਰੀਆਂ ਹੋ ਜਾਂਦੀਆਂ, ਤੁਹਾਨੂੰ ਆਜ਼ਾਦੀ ਵੀ ਹੁੰਦੀ ਆ ਹਰ ਇੱਕ ਆਪਣਾ ਕੰਮ ਕਰਨ ਦੀ, ਵਿਚਾਰ ਕਰਨ ਦੀ, ਕਿੱਥੇ ਕਰੋ, ਫਿਰ ਉਦੋਂ ਜਿਹੜਾ ਦਿਮਾਗ ਸੋਚਣ ਲੱਗ ਪੈਂਦਾ ਵੀ ਹੁਣ ਕੀ ਕਰੀਏ, ਫਿਰ ਉਹ ਦੂਜਿਆਂ ਦੀਆਂ ਟੈਨਸ਼ਨਾਂ ਲੈ ਕੇ ਪੈਂਦਾ, ਘਰ ਦੇ ਵਿੱਚ ਉੱਧਰ ਸਿੰਗ ਪਕਾਉਣੇ, ਦੂਜੇ ਦੇ ਘਰ 'ਚ ਟੈਨਸ਼ਨ ਪਾਉਣੀ। ਇਹ ਆਪਣੇ ਆਮ ਘਰਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਤੇ ਕਿਸੇ ਪਾਸਿਓਂ ਫੋਨ ਆ ਗਿਆ, ਜਿੱਦਾਂ ਆਮ ਤੇ ਚਲੋ ਸਾਰੇ ਪਰਿਵਾਰ ਆ, ਸਾਰੇ ਫੈਮਿਲੀ ਆ, ਇਹ ਫੋਨ ਵਿੱਚ ਇਹੀ ਆਉਂਦਾ ਹੁੰਦਾ, ਲਓ ਜੀ ਉਹਦੀ 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 ਮਾਂ ਨੇ ਫੋਨ ਕਰਤਾ ਜੀ, ਉਹਦੀ ਸੱਸ ਨੇ ਫੋਨ ਕਰਤਾ ਜੀ, ਉਹਦਾ ਆਹ ਹੋ ਗਿਆ ਘਰਾਂ ਦੇ ਵਿੱਚ। ਉਹ ਫਿਰ ਜਦੋਂ ਤੁਸੀਂ ਫਾਈਨੈਂਸ਼ਲੀ ਤੌਰ ਤੇ ਸੈੱਟ ਹੋ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਹੁਣ ਕੀ ਕਰੀਏ, ਫਿਰ ਬੰਦਾ ਇੱਦਾਂ ਦੀਆਂ ਟੈਨਸ਼ਨਾਂ ਜਿਹੜੀਆਂ ਕ੍ਰੀਏਟ ਕਰਦਾ। ਕਵਿਤਾ ਕੀ ਕਹਿੰਦੀ ਆ? ਕਵਿਤਾ ਕਹਿੰਦੀ ਵੀ ਭਾਵੇਂ ਕੋਈ ਪ੍ਰਾਈਵੇਟ ਤੇ ਭਾਵੇਂ ਕੋਈ ਸਰਕਾਰੀ ਆ, ਇਹ ਇੱਧਰ ਉੱਧਰ ਭੱਜ ਰਹੀ ਸਾਰੀ ਦੁਨੀਆ ਹੀ ਟੈਨਸ਼ਨ ਮਾਰੀ ਆ, ਸੱਸਾਂ ਨੂੰ ਟੈਨਸ਼ਨ ਨੌਹਾਂ ਦੀ, ਨੌਹਾਂ ਨੂੰ ਟੈਨਸ਼ਨ ਸੱਸਾਂ ਦੀ, ਇਹਦਾ ਜਿੱਦਣ ਦਾ ਕਿਰਾਇਆ ਫ੍ਰੀ ਹੋ ਗਿਆ, ਬੁੜੀਆਂ ਨੂੰ ਟੈਨਸ਼ਨ ਬੱਸਾਂ ਦੀ, ਕੋਈ ਬੱਸ ਵਾਲਾ ਖੜਾਉਂਦਾ ਨਹੀਂ, ਖੜਾ ਕੇ ਵਿੱਚ ਬਿਠਾਉਂਦਾ ਨਹੀਂ, ਇਹੀ ਬਹਾਨਾ ਲਾਉਂਦਾ ਨਹੀਂ, ਲਾ ਕੇ ਬੱਸ ਭਜਾਉਂਦਾ ਨਹੀਂ, ਅਖੇ ਪਹਿਲਾਂ ਹੀ ਫੁੱਲ ਸਵਾਰੀ ਆ, ਇੱਧਰ ਉੱਧਰ ਭੱਜ ਰਹੀ ਸਾਰੀ ਦੁਨੀਆ ਹੀ ਟੈਨਸ਼ਨ ਮਾਰੀ ਆ। ਵਧੀਆ। ਕਿਸਾਨਾਂ ਨੂੰ ਟੈਨਸ਼ਨ ਬਿੱਲਾਂ ਦੀ ਤੇ ਮੋਦੀ ਨੂੰ ਟੈਨਸ਼ਨ ਕਿਸਾਨਾਂ ਦੀ, ਕਿਸਾਨਾਂ ਨੂੰ ਟੈਨਸ਼ਨ ਬਿੱਲਾਂ ਦੀ, ਮੋਦੀ ਨੂੰ ਟੈਨਸ਼ਨ ਕਿਸਾਨਾਂ ਦੀ, ਜਿਹੜੇ ਖੜੇ ਬਰਫ਼ ਵਿੱਚ ਬਾਰਡਰ ਤੇ ਕੋਈ ਟੈਨਸ਼ਨ ਨਾ ਸੁਣੇ ਜਵਾਨਾਂ ਦੀ, ਕੀ ਕਰੀ ਜਾਂਦੇ ਆ ਅਖੇ ਕਾਨੂੰਨ ਵਾਪਸ ਇਹ ਹੋਣੇ ਨਹੀਂ, ਉਹ ਕਹਿੰਦੇ ਅਸੀਂ ਕਰਵਾਉਣੇ ਆ, ਇਹ ਕਾਨੂੰਨ ਵਾਪਸ ਇਹ ਹੋਣੇ ਨਹੀਂ ਪਰ ਉਹ ਕਹਿੰਦੇ ਅਸੀਂ ਕਰਵਾਉਣੇ ਆ, ਕੋਈ ਬਾਂਦਰ ਉੱਠ ਕੇ ਬੋਲ ਦਿੰਦਾ ਅਖੇ ਡੰਡੇ ਮਾਰ ਭਜਾਉਣੇ ਆ, ਹੁਣ ਛੇਤੀ ਕਾਨੂੰਨ ਤੁਸੀਂ ਰੱਦ ਕਰੋ ਨਹੀਂ ਤਾਂ ਹੋਣੀ ਤੁਹਾਡੇ ਨਾਲ ਮਾੜੀ ਆ, ਕਿਉਂਕਿ ਇੱਧਰ ਉੱਧਰ ਭੱਜ ਰਹੀ ਉੱਥੇ ਦੁਨੀਆਂ ਬਹੁਤ ਹੀ ਟੈਨਸ਼ਨ ਦੀ ਮਾਰੀ ਆ, ਕਹਿੰਦਾ ਦੁਨੀਆਂ ਉੱਤੇ ਅੱਗ ਵਾਂਗਰਾ ਫੈਲਿਆ ਫਿਰੇ ਕਰੋਨਾ, ਕਿੱਥੇ ਬੰਦਿਆਂ ਬਚ ਰਹੇਗਾ ਜੋ ਲਿਖਿਆ ਹੋਣਾ, ਦੁਨੀਆਂ ਉੱਤੇ ਅੱਗ ਵਾਂਗਰਾ ਫੈਲਿਆ ਫਿਰੇ ਕਰੋਨਾ, ਕਿੱਦਾਂ ਬੰਦਿਆਂ ਬਚ ਰਹੇਗਾ ਜੋ ਲਿਖਿਆ ਉਹ ਹੋਣਾ, ਭਾਰਤ ਦੇ ਵਿੱਚ ਇਸ ਟਾਈਮ ਤੇ ਹੋਇਆ ਪੂਰਾ ਕਹਿਰ, ਕਰੋਨੇ ਹੱਥੋਂ ਬਚਿਆ ਨਹੀਂ ਉਹ ਕੋਈ ਪਿੰਡ ਜਾਂ ਸ਼ਹਿਰ, ਜਦੋਂ ਸੰਭਲ ਦਾ ਟਾਈਮ ਸੀ ਉਦੋਂ ਕਹਿੰਦੇ ਸੀ ਥਾਈ ਤੇ ਤੜੀ ਆ, ਹੁਣ ਇੱਧਰ ਉੱਧਰ ਭੱਜ ਰਹੀ ਸਾਰੀ ਦੁਨੀਆਂ ਟੈਨਸ਼ਨ ਮਾਰੀ ਆ, ਮੁਲਾਜ਼ਮ ਨੂੰ ਟੈਨਸ਼ਨ ਅਫਸਰ ਦੀ, ਬੱਚਿਆਂ ਨੂੰ ਟੈਨਸ਼ਨ ਮਾਸਟਰ ਦੀ, ਹੁਣ ਹਸਪਤਾਲ ਸਭ ਭਰੇ ਪਏ ਕੋਈ ਦੇਖੋ ਟੈਨਸ਼ਨ ਡਾਕਟਰ ਦੀ, ਉੱਥੇ ਆਕਸੀਜਨ ਨਹੀਂ ਲੱਭ ਰਿਹਾ, ਹਰ ਦੂਜਾ ਬੰਦਾ ਠੱਗ ਰਿਹਾ, ਜਾਨ ਬਚਾਉਣ ਦੀ ਖਾਤਰ ਬੰਦਾ ਇੱਧਰ ਉੱਧਰ ਭੱਜ ਰਿਹਾ,
ਕੋਈ ਕਹੇ ਮਹਾਮਾਰੀ ਆ, ਕੋਈ ਕਹਿੰਦਾ ਇਹ ਬਿਮਾਰੀ ਆ, ਇੱਧਰ ਉੱਧਰ ਭੱਜ ਰਹੀ ਸਾਰੀ ਦੁਨੀਆ ਟੈਂਸ਼ਨ ਮਾਰੀ ਆ, ਤੇ ਆਖਰੀ ਸ਼ੇਰ ਆ ਕਹਿੰਦਾ ਟੈਂਸ਼ਨ ਨੂੰ ਭਜਾਉਣ ਦੀ ਖਾਤਰ ਕੋਈ ਕਰਦਾ ਇਹ ਯੋਗਾ। ਜਿੱਦਾਂ ਤੁਸੀਂ ਕਹਿੰਦੇ ਇਹਦਾ ਹੱਲ ਕੀ ਆ, ਕੋਈ ਕੋਈ ਕਰਦਾ ਹੈ, ਕਹਿੰਦਾ ਟੈਂਸ਼ਨ ਨੂੰ ਭਜਾਉਣ ਦੀ ਖਾਤਰ ਕੋਈ ਕਰਦਾ ਇਹ ਯੋਗਾ। ਪਰ ਯੋਗੇ ਤੋਂ ਗੱਲ ਯਾਦ ਆਈ, ਕਿੱਥੇ ਰਾਮਦੇਵ ਆ ਤੁਹਾਡਾ, ਹੁਣ ਕਿੱਧਰ ਗਿਆ ਜੀ, ਹੈਨਾ। ਜਦੋਂ ਥੋੜਾ ਕੰਮ ਹੋ ਗਿਆ ਫਿਰ ਆ ਜਾਣਾ। ਟੈਂਸ਼ਨ ਨੂੰ ਭਜਾਉਣ ਦੀ ਖਾਤਰ ਕੋਈ ਕਰਦਾ ਇਹ ਯੋਗਾ, ਪਰ ਯੋਗੇ ਤੋਂ ਗੱਲ ਯਾਦ ਆਈ, ਕਿੱਥੇ ਰਾਮਦੇਵ ਆ ਤੁਹਾਡਾ, ਕਹਿੰਦਾ ਸੀ ਮੈਂ ਹਰ ਰੋਗ ਨੂੰ ਕਰ ਦਿੰਦਾ ਆ ਫੂਤ, ਪਤਾ ਨੀ ਪਤੰਦਰ ਕਿੰਨੇ ਲੀਟਰ ਵੇਚ ਗਿਆ ਗਾਂ ਦਾ ਮੂਤ। ਸਾਧ ਲਾਣਾ ਵੀ ਹੁਣ ਲੱਭਦਾ ਨਹੀਂ, ਉਹ ਸਾਧ ਲਾਣਾ ਵੀ ਹੁਣ ਲੱਭਦਾ ਨਹੀਂ, ਕਿਉਂਕਿ ਸਭਨਾ ਉੱਤੇ ਭਾਰੀ ਆ, ਜੋ ਗਲ ਤੋਂ ਫਣ ਨੂੰ ਫਿਰਦੀ ਆ, ਹੁਣ ਦੁਨੀਆਂ ਟੈਂਸ਼ਨ ਮਾਰੀ ਆ, ਗਲੇ ਤੋਂ ਫਣ ਨੂੰ ਫਿਰਦੀ ਆ, ਹੁਣ ਦੁਨੀਆਂ ਟੈਂਸ਼ਨ ਮਾਰੀ ਆ। ਬਹੁਤ ਮਿਹਰਬਾਨੀ ਦਵਿੰਦਰ ਜੀ ਤੁਹਾਡੀ, ਥੈਂਕ ਯੂ। ਤੇ ਨਾਲ ਦੀ ਨਾਲ ਮੇਰੇ ਖਿਆਲ ਬ੍ਰੇਕ ਦਾ ਵੀ ਸਮਾਂ ਹੋਇਆ, ਤੇ ਨਾਲ ਇੱਕ ਕਾਲ ਲੈ ਕੇ ਅਸੀਂ ਪ੍ਰੋਗਰਾਮ ਸ਼ੁਰੂ ਕਰ ਦਿੰਦੇ ਕਾਲਾਂ ਦਾ, ਬਾਕੀ ਬ੍ਰੇਕ ਤੋਂ ਬਾਅਦ ਕਰ ਲਵਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਜੀ? ਗੁਰਮਾ ਸਿੰਘ ਘੁੰਮਣ। ਹਾਂਜੀ ਘੁੰਮਣ ਸਾਹਿਬ, ਟੈਂਸ਼ਨ ਦੀ ਗੱਲ ਕਰਨੀ ਹੈ ਜੀ। ਜੀ ਜੀ ਜ਼ਰੂਰ। ਦੇਖੋ ਟੈਂਸ਼ਨ ਕਈ ਦੇ ਆਪ ਸੇ ਲਈਆਂ ਨੇ, ਕਈ ਹੁਣ ਸਰਕਾਰ ਨੇ ਵੀ ਪਾਈਆਂ ਨੇ ਜੀ। ਦੇਖੋ ਕਿਸਾਨਾਂ ਦਾ ਜਿਹੜਾ ਹੈ ਉਹਨਾਂ ਦੀ ਕਣਕ ਨਹੀਂ ਵਿਕ ਰਹੀ, ਉਹ ਮੰਡੀਆਂ ਚ ਰੁਲਦੇ ਪਏ ਨੇ, ਟੈਂਸ਼ਨ ਤੇ ਉਹਨਾਂ ਨੂੰ ਬਹੁਤ ਪਈ। ਜਦੋਂ ਉਹਨਾਂ ਦੀ ਕਣਕ ਵਿਕ ਗਈ ਤੇ ਆਪੇ ਉਹਨਾਂ ਦੀ ਟੈਂਸ਼ਨ ਦੂਰ ਹੋ ਗਈ, ਆਪੇ ਉਹ ਕਰਜ਼ਾ ਵੀ ਲਾਣਗੇ, ਰਾਜ ਜਸ਼ਨ ਵੀ ਮਨਾਉਣਗੇ ਜੀ। ਬਿਲਕੁਲ, ਕਈ ਕਈ ਤਰ੍ਹਾਂ ਦੀ ਟੈਂਸ਼ਨ ਹੈ। ਬਿਲਕੁਲ ਜੀ, ਬਿਲਕੁਲ, ਹਰ ਬੰਦੇ ਦੀ ਚੰਗਾ ਤਰੀਕਾ ਟੈਂਸ਼ਨ ਹਟਾਉਣ ਦਾ ਇਹ ਹੈ ਜੀ, ਬਿਜ਼ੀ ਰੱਖੋ ਆਪਣੇ ਆਪ ਨੂੰ। ਵਾਹ ਜੀ ਵਾਹ, ਬਿਲਕੁਲ ਬਿਲਕੁਲ ਦਰੁਸਤ, ਕਿਸੇ ਤਰ੍ਹਾਂ ਵੀ ਮਤਲਬ ਆਪਣੇ ਆਪ ਨੂੰ ਬਿਜ਼ੀ ਰੱਖੋ। ਹਾਂਜੀ ਬਿਲਕੁਲ ਬਿਲਕੁਲ ਸਹੀ। ਦੂਜੀ ਗੱਲ ਮੈਂ ਕਰਨੀ ਹੈ ਕਿ ਕਵਿਤਾ ਕੁਤਾ ਪੜਿਆ ਕਰੋ ਜਾਂ ਕੋਈ ਹੋਰ ਸਟੱਡੀ ਕਰਿਆ ਕਰੋ ਜੀ, ਇਹਦੇ ਨਾਲ ਵੀ ਤੰਦੂਰ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ, ਬਹੁਤ ਮਿਹਰਬਾਨੀ। ਮੈਂ ਵੀ ਕਹਿਣਾ ਜੀ ਤੁਹਾਨੂੰ ਪੇਸ਼ ਕਰਨੀਆਂ ਨੇ। ਮਾੜਾ ਜਿਹਾ ਹੋਲਡ ਰੱਖੋ, ਮਾੜਾ ਜਿਹਾ ਹੋਲਡ ਰੱਖੋ ਜੀ। ਕੁਮਰ ਸਾਹਿਬ ਛੋਟਾ ਰੱਖਿਓ, ਬ੍ਰੇਕ ਦਾ ਸਮਾਂ ਹੋ ਗਿਆ। ਹਾਂਜੀ ਛੋਟਾ ਹੀ ਰੱਖਾਂਗਾ, 2 ਮਿੰਟ ਦੀ ਰੁਕਾਣੀ ਹੈ। ਨਹੀਂ, ਮਿੰਟ ਕਿ ਜਰਾ ਹੋਰ ਮੈਂ ਸੁਣਾਣੀ, ਪਰ ਥੋੜਾ ਜਿਹਾ ਵਿਸ਼ਾ ਇਹ ਹੈ ਕਿ ਥੋੜਾ ਇਹਦੇ ਵਿੱਚ ਰਿਸ਼ਤਿਆਂ ਦੀ ਗੱਲ ਕੀਤੀ ਹੈ। ਅੱਛਾ ਜੀ। ਅੱਛਾ, ਕਹਿੰਦੇ ਯਾਰਾਂ ਨਾਲ ਬਹਾਰਾਂ ਹੁੰਦੀਆਂ ਅਤੇ ਫੁੱਲਾਂ ਨਾਲ ਗੁਲਜ਼ਾਰਾਂ ਹੁੰਦੀਆਂ ਜੀ, ਜਿੱਥੇ ਜਿਸ ਥਾਂ ਤੇ ਕੋਈ ਰੁੱਖ ਨਾ ਉੱਗੇ ਉੱਥੇ ਪਈਆਂ ਉਜਾੜਾਂ ਹੁੰਦੀਆਂ ਜੀ, ਜਿਸ ਟਹਿਣੀ ਨੂੰ ਫੁੱਲ ਲੱਗਦੇ ਉਹਦੇ ਨਾਲ ਬੁਖਾਰਾਂ ਹੁੰਦੀਆਂ ਜੀ, ਜੀ ਪੰਛੀ ਕੱਲਾ ਨਾ ਉੱਡਣਾ ਚਾਹੇ ਉਹਦੇ ਨਾਲ ਉੱਡਣ ਰਲ ਉਹ ਡਾਰਾਂ ਹੁੰਦੀਆਂ ਜੀ। ਅੱਛਾ, ਹੋਣ ਹਰ ਬੱਚੇ ਹੋਣ ਜਿਨ੍ਹਾਂ ਦੇ ਉਹਨਾਂ ਦੀਆਂ ਪੌ 12 ਹੁੰਦੀਆਂ, ਇਕਲੇ ਟੈਂਸ਼ਨ ਇੱਥੇ ਹਟਦੀ ਹੈ, ਬੱਚੇ ਚੰਗੇ ਹੋਣ ਟੈਂਸ਼ਨ ਤੁਹਾਡੀ ਦੂਰ। ਬਿਲਕੁਲ ਜੀ ਬਿਲਕੁਲ। ਅੱਗੇ ਭਰਾ ਨੇ ਆਪਣੀਆਂ ਬਾਹਾਂ ਹੁੰਦੇ, ਭੈਣਾਂ ਨੇ ਚਾਹ ਮੁਹਾਰਾਂ ਹੁੰਦੀਆਂ, ਮਾਵਾਂ ਠੰਡੀਆਂ ਛਾਵਾਂ ਹੁੰਦੀਆਂ, ਪਿਓ ਸਿਰ ਮੌਜ ਬਹਾਰਾਂ ਹੁੰਦੀਆਂ, ਪਿਓ ਦੇ ਸਿਰ ਤੇ ਵੀ ਐਸ਼ ਕਰੀ ਦੀ ਉਦੋਂ ਵੀ ਕੋਈ ਟੈਂਸ਼ਨ ਨਹੀਂ ਹੁੰਦੀ। ਬਿਲਕੁਲ ਜੀ ਬਿਲਕੁਲ, ਚਲੋ ਬਹੁਤ ਮਿਹਰਬਾਨੀ ਘੁੰਮਣ ਸਾਹਿਬ ਤੁਹਾਡਾ, ਬਹੁਤ ਧੰਨਵਾਦ ਜੀ। ਨਾਲ ਦੇ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਕਾਲਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਕੀ ਵਿਚਾਰ ਨੇ ਤੁਹਾਡੇ, ਪੇਸ਼ ਕਰ ਸਕਦੇ ਆਪਾਂ ਲੱਖਾਂ ਪੰਜਾਬੀਆਂ ਨਾਲ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਆ ਜੀ, ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਇਹਨੂੰ ਅੱਗੇ ਵਧਾਉਂਦੇ ਹਾਂ ਤੁਹਾਡੇ ਨਾਲ ਗੱਲਬਾਤ ਕਰਕੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਰਦਾਰ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਹੋਰ ਸੁਣਾਓ, ਠੀਕ ਠਾਕ ਜੀ? ਚਿੰਤਾ ਮੁਕਤ? ਠੀਕ ਠਾਕ, ਹਾਂਜੀ ਹਾਂਜੀ। ਬਾਕੀ ਹੁਣ ਇੰਡੀਆ ਦੀਆਂ ਟੈਂਸ਼ਨਾਂ ਬੜੀਆਂ ਹੋ ਰਹੀਆਂ, ਇਹ ਟੈਂਸ਼ਨ ਜਿਹੜੀ ਪੂਰੀ ਦੁਨੀਆਂ ਦੀ ਹੈਗੀ। ਹਾਂਜੀ, ਅੱਜ ਵੀ ਬ੍ਰੇਕਿੰਗ ਨਿਊਜ਼ ਸੀਗਾ ਵੀ ਇੰਡੀਅਨ ਸਿਟੀਜ਼ਨ ਵਾਪਸ ਆ ਜਾਓ। ਹਾਂ, ਮੇਰਾ ਖਿਆਲ ਇਹਨਾਂ ਦਾ ਫਲਾਈਟਾਂ ਬੰਦ ਕਰਨੇ ਦਾ ਇਹੀ ਕਿਹਾ, ਅਮਰੀਕਾ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਹੈ ਇੱਥੋਂ ਦੇ ਨਾਗਰਿਕ ਵਾਪਸ ਆ ਜਾਓ। ਹਾਂਜੀ, ਇੱਕ ਅੱਜ ਰੋਮ ਵੀ ਫਲਾਈਟ ਆਈ ਆ, ਉਹਦੇ ਵਿੱਚ ਵੀ ਇੰਨੇ ਪੋਜ਼ਿਟਿਵ ਨਿਕਲੇ ਉਹ ਆਪਣੇ ਕਰੋਨਾ, ਉਹ ਇੰਡੀਆ ਤੋਂ ਨੈਗੇਟਿਵ ਰਿਪੋਰਟਾਂ ਲੈ ਕੇ ਤਾਂ ਉਹਨੇ ਵੀ ਚੜ ਜਾਂਦੇ ਜਹਾਜ਼ੇ। ਹਾਂਜੀ, ਕਿਹੜੀ ਜਗ੍ਹਾ ਦੀ ਗੱਲ ਕਰਦੇ ਹੋ, ਅਮਰੀਕਾ ਦੀ ਗੱਲ ਕਰਦੇ ਕਿ ਤੁਸੀਂ? ਨਹੀਂ, ਰੋਮ ਵਿੱਚ
ਰੋਮ ਵਿੱਚ ਆਈ ਆ ਮੈਂ ਰੋਮ ਦੇ ਵਿੱਚ ਮੇਰੇ ਖਿਆਲ 200 ਦੇ ਵਿੱਚੋਂ 23 ਬੰਦੇ ਜਿਹੜੇ ਇੰਡੀਆ ਤੋਂ ਆਏ ਸੀ ਉਹ ਪੋਜ਼ਿਟਿਵ ਆਏ ਨੇ 16 ਕੁ 23 ਆਏ ਖਬਰ ਆ ਉਹ ਚਿੰਤਾ ਹੈਗੀ ਆ ਸਾਰਿਆਂ ਨੂੰ ਇਹ ਤੇ ਆਪੇ ਅਸੀਂ ਆਮ ਜਿਹੜੀਆਂ ਚਿੰਤਾ ਹੁੰਦੀਆਂ ਨੀ ਜਿਹਨਾਂ ਦਾ ਸਿਰ ਪੈਰ ਨਹੀਂ ਜਿਹੜੀਆਂ ਉਹ ਕਰਦੇ ਆ ਉਹਨਾਂ ਦਾ ਕੀ ਕਿਹੜੀਆਂ ਕਿਹੜੀਆਂ ਚਿੰਤਾ ਹੈਗੀਆਂ ਨੇ ਆਪਣੇ ਪੰਜਾਬੀਆਂ ਨੂੰ ਕੀ ਟੈਨਸ਼ਨਾਂ ਹੁੰਦੀਆਂ ਨੇ ਇੱਕ ਤਾਂ ਇਹ ਕਾਫੀ ਲੋਕਾਂ ਨੂੰ ਟੈਨਸ਼ਨ ਹੁੰਦੀ ਹੈ ਦੂਜਿਆਂ ਦੀ ਟੈਨਸ਼ਨ ਜ਼ਿਆਦਾ ਹੁੰਦੀ ਹੈ ਆਪਣੀ ਘੱਟ ਹੁੰਦੀ ਹੈ ਇੱਕ ਤਾਂ ਦੂਜਿਆਂ ਦੀ ਟੈਨਸ਼ਨ ਚੰਗੇ ਪੱਖੋਂ ਹੁੰਦੀ ਹੈ ਵੀ ਦੂਜਿਆਂ ਦੀ ਬੰਦਾ ਚਿੰਤਾ ਕਰਦਾ ਉਹਨਾਂ ਦੀ ਫਿਕਰ ਕਰਦਾ ਅਤੇ ਇੱਕ ਇਹ ਟੈਨਸ਼ਨ ਹੁੰਦੀ ਦੂਜਿਆਂ ਦੀ ਲੈ ਵੀ ਇਹ ਆਹ ਇਹਨੇ ਹੁਣ ਗੱਡੀ ਵੱਡੀ ਲੈ ਲਈ ਹੈ ਤਾਂ ਹੁਣ ਝਰੀਟਾਂ ਪਵਾਂਗੇ ਇਹ ਟੈਨਸ਼ਨ ਬਹੁਤ ਹੁੰਦੀ ਲੋਕਾਂ ਨੂੰ ਸੋਚਦੇ ਨੀ ਵੀ ਇਹ ਬੰਦਾ ਹੁਣ 40 ਸਾਲ ਤੋਂ ਉੱਤੇ ਪਤਾ ਨੀ ਕੀ ਕਿਹੜੇ ਕਿਹੜੇ ਸਿਚੁਏਸ਼ਨ ਲੱਭਿਆ ਹੋਊਗਾ ਪਰ ਉਹਨਾਂ ਦਾ ਜਿਹੜੇ ਹੁਣ ਬਈ ਅੱਜ 5 ਸਾਲ ਹੋ ਗਿਆ 10 ਸਾਲ ਹੋ ਗਿਆ ਉਹਨਾਂ ਨੂੰ ਟਾਈਮ ਤਾਂ ਲੱਗੂਗਾ ਇਹ ਨੀ ਕਹਿੰਦੇ ਅਸੀਂ ਉਹ ਵੀ ਸਾਡੇ ਤੋਂ ਉੱਪਰ ਨੀ ਹੋਣਗੇ ਹੋ ਜਾਣਗੇ ਪਰ ਇੰਨੀ ਟੈਨਸ਼ਨ ਵੀ ਨਾ ਲਓ ਤੁਸੀਂ ਵੀ ਰਾਤੋ ਰਾਤ ਇੰਨੇ ਅਮੀਰ ਹੋ ਜਾਣਾ ਬਿਲਕੁਲ ਜੀ ਬਿਲਕੁਲ ਚਲੋ ਇਹੀ ਜਿਹੜੀ ਜਿਵੇਂ ਪਹਿਲਾਂ ਕਿਹਾ ਕਿ ਇੱਕ ਆਪਾਂ ਆਪਣੂੰ ਬਿਜ਼ੀ ਰੱਖਾਂਗੇ ਅਤੇ ਵਾਕਈ ਆਲੇ ਦੁਆਲੇ ਦੇਖਣ ਦਾ ਮੌਕਾ ਫਿਰ ਨਹੀਂ ਮਿਲਦਾ ਕਿ ਕਿੰਨੇ ਵੱਡੀ ਗੱਡੀ ਲੈ ਲਈ ਅਤੇ ਕਿੰਨੇ ਵੱਡਾ ਘਰ ਲੈ ਲਿਆ ਪਿਛਲੇ ਸਾਲ ਕਰੋਨਾ ਆਇਆ ਮੈਂ 18 ਮਾਰਚ ਤੋਂ ਇੰਡੀਆ ਆਇਆ ਆਉਂਦਿਆਂ ਕਰੋਨਾ ਆ ਗਿਆ ਅਤੇ ਮੈਂ ਇੱਕ ਮੇਰਾ ਦੂਸਰਾ ਬਿਜ਼ਨਸ ਸੀਗਾ ਫਲਿਪਿੰਗ ਹਾਊਸ ਮੈਂ ਉਹ ਜਦੇ ਮੈਂ ਬੰਦ ਕਰ ਦਿੱਤਾ ਉਹ ਤੋਂ ਬਾਅਦ ਹੁਣ ਥੋੜ੍ਹਾ ਜਿਹਾ ਸ਼ੁਰੂ ਕੀਤਾ ਹਾਲੇ ਉਹ ਇਸ ਕਰਕੇ ਬੰਦ ਕਰ ਦਿੱਤਾ ਵੀ ਹੁਣ ਇਹ ਟਾਈਮ ਨਹੀਂ ਠੀਕ ਹੈ ਜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਆਉਂਦੇ ਹੋ ਸਰਦਾਰ ਸੁਰਿੰਦਰ ਸਿੰਘ ਜੀ ਹਾਂ ਜੀ ਸਰਦਾਰ ਜਗਤਾਰ ਸਿੰਘ ਜੱਗੀ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕਿਰਪਾ ਜੀ ਕਿਰਪਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਸ਼ੀਰਵਾਦ ਹੈ ਅਤੇ ਪਰਮਾਤਮਾ ਦੀ ਕਿਰਪਾ ਹੈ ਠੀਕ ਹੈ ਫਿਰ ਫਿਲਹਾਲ ਤੱਕ ਸਾਰਾ ਕੁਛ ਵਧੀਆ ਸ਼ੁਕਰ ਹੈ ਚਲੋ ਵਧੀਆ ਚਾਹੀਦਾ ਪਰਮਾਤਮਾ ਕਰੇ ਪਹਿਲਾਂ ਤਾਂ ਅੱਜ ਪੱਗ ਬਹੁਤ ਸੋਹਣੀ ਟੋੜਾ ਬਰਾਂਡ ਬਹਿਜਾ ਹੋਈ ਪਈ ਵਾਹ ਜੀ ਵਾਹ ਅੱਛਾ ਅੱਛਾ ਕਦੇ ਕਦੇ ਹੱਥ ਸੂਤ ਲੱਗ ਜਾਂਦਾ ਕਦੇ ਕਦੇ ਫਿਰ ਬੀਗੀ ਟੇਢੀ ਹੋ ਜਾਂਦੀ ਹੈ ਚਲੋ ਜੀ ਮਿਹਰਬਾਨੀ ਅਤੇ ਹੋਰ ਸੁਣਾਓ ਕਿ ਗੱਲ ਆਪਾਂ ਜਿਹੜੀ ਕਰ ਰਹੇ ਕਿਵੇਂ ਲੱਗਦਾ ਮਾਹੌਲ ਚਿੰਤਾ ਦੀ ਅਸੀਂ ਗੱਲ ਕਰਦੇ ਵੀ ਟੈਨਸ਼ਨ ਜਦੋਂ ਵੱਧ ਜਾਂਦੀ ਹੈ ਤਾਂ ਫਿਰ ਉਹ ਬਹੁਤ ਖਤਰਨਾਕ ਰੂਪ ਧਾਰਨ ਕਰ ਜਾਂਦੀ ਹੈ ਹਾਂ ਜੀ ਜਿਹੜੀਆਂ ਚਿੰਤਾ ਤਾਂ ਦੇਖੋ ਬੰਦੇ ਦਾ ਮਨ ਦਾ ਸੁਭਾਅ ਆ ਜਿਹੜੀਆਂ ਟੈਨਸ਼ਨ ਹੈ ਤਾਂ ਰੋਜ਼ ਉੱਪਦੀਆਂ ਰੋਜ਼ ਕਈ ਸੋਲਵ ਹੋਈ ਜਾਂਦੀਆਂ ਜੰਮਦੀਆਂ ਸੋਲਵ ਹੋਈ ਜਾਂਦੇ ਪਰ ਜਦੋਂ ਜੇ ਤੁਸੀਂ ਕਹਿੰਦੇ ਜੀ ਡੂੰਘੀ ਬਹਿ ਜਾਵੇ ਉਹ ਫਿਰ ਮਾਰ ਪੈਂਦੀ ਬੰਦੇ ਨੂੰ ਹਾਂਜੀ ਫਿਰ ਬਹੁਤ ਔਖਾ ਹੁੰਦਾ ਕੰਮ ਬਹੁਤ ਔਖਾ ਕੋਈ ਲੰਮੀ ਟੈਨਸ਼ਨ ਬੰਦਾ ਮਨ 'ਤੇ ਲਾ ਬੈਠੇ ਟੈਨਸ਼ਨ ਤਾਂ ਰਹਿੰਦਾ ਹੀ ਆ ਬੰਦਾ ਹਰ ਵੇਲੇ ਕਿਉਂਕਿ ਸਾਰੀ ਜ਼ਿੰਦਗੀ ਟੈਨਸ਼ਨ ਦੀ ਹੈ ਸੰਘਰਸ਼ ਦੀ ਜ਼ਿੰਦਗੀ ਆ ਜੇ ਤਾਂ ਤੁਸੀਂ ਦਿਮਾਗ 'ਚ ਵਿਚਰਨਾ ਫਿਰ ਤਾਂ ਕੋਈ ਨਾ ਕੋਈ ਟੈਨਸ਼ਨ ਖੜੀ ਰਹਿਣੀ ਹੈ ਨਾ ਅਤੇ ਬਾਕੀ ਜਿਹੜੀ ਉਹ ਲੰਮੀ ਜਿੱਦਾਂ ਤੁਸੀਂ ਕਹਿੰਦੇ ਹੋ ਦਿਲ 'ਤੇ ਲਾ ਕੇ ਬਹਿ ਜਾਵੇ ਉਹ ਫਿਰ ਔਖੀ ਕਰਦੀ ਹੈ ਜੀ ਹਾਂਜੀ ਇਹ ਕੇਸ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਆਪਣੇ ਅਸੀਂ ਅਗਰ ਪੰਜਾਬੀਆਂ ਦੀ ਉਹ ਗੱਲ ਕਰ ਲਈਏ ਤਾਂ ਕਾਫੀ ਕੇਸ ਇਹੋ ਜਿਹੇ ਹੋ ਰਹੇ ਨੇ ਜਿਹੜੇ ਕਿ ਕਾਫੀ ਟੈਨਸ਼ਨ ਦਾ ਹੀ ਵਿਸ਼ਾ ਨੇ ਪਰ ਹੁਣ ਇੱਕ ਦੁੱਖ ਦੀ ਗੱਲ ਹੋਰ ਹੋ ਗਈ ਜੱਗੀ ਵੀਰੇ ਅੱਗੇ ਤਾਂ ਦੇਖੋ ਪੁਰਾਣੇ ਬਜ਼ੁਰਗ ਆਪਣੇ ਜਦੋਂ ਟੈਨਸ਼ਨਾਂ ਦਾ ਟਾਈਮ ਸੀ ਉਹਨੇ ਟੈਨਸ਼ਨਾਂ ਲਈਆਂ ਨਹੀਂ ਹੁਣ ਸਾਡੇ ਕੋਲ ਸਭ ਕੁਛ ਹੁੰਦਿਆਂ ਹੋਇਆਂ ਅਸੀਂ ਬਹੁਤ ਟੈਨਸ਼ਨਾਂ ਲੈਣਾ ਪਏ ਬਜ ਵੇਲੇ ਉਹ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈ ਉਹਨਾਂ ਦੀ ਬੜੀ ਟੈਨਸ਼ਨ ਹੋਈ ਜਾਂਦੀ ਇਹਨਾਂ ਚੀਜ਼ਾਂ ਨੇ ਵੀ ਸਾਨੂੰ ਮਾਰ ਲਿਆ ਹੈ ਨਾ ਹਾਂਜੀ ਹਾਂਜੀ ਜਿੱਦਾਂ ਹੁਣ ਕਈ ਪੈਸੇ ਮਿਲੇ ਬਜ਼ੁਰਗਾਂ ਨੂੰ ਉਹ ਲੜਾਈਆਂ ਘਰਾਂ 'ਚ ਪਈਆਂ ਉਹ ਕਹਿੰਦੇ ਇੰਡੀਆ ਨੂੰ ਜਾਣਾ ਸਾਨੂੰ ਪੈਸੇ ਮਿਲ ਗਏ ਉਹ ਕਹਿੰਦੇ ਨਹੀਂ ਜਾਣਾ ਇੱਦਾਂ ਦੀਆਂ ਕਈ ਜਿਹੜੀਆਂ ਨਵੀਆਂ ਬਿਮਾਰੀਆਂ ਟੈਨਸ਼ਨਾਂ ਹੈਗੀਆਂ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਬਿਨਾਂ ਵਜ੍ਹਾ ਟੈਨਸ਼ਨਾਂ ਪੈਦਾ ਹੋ ਜਾਂਦੀਆਂ ਨੇ ਜੀ ਅਸੀਂ ਕਹਿ ਦਿੰਦੇ ਹਾਂ ਦੂਰੀਆਂ ਪੈਦਾ ਹੋ ਜਾਂਦੀਆਂ ਕੁਲਵੀਰ ਨੇ ਲਿਖਿਆ ਚਾਰ ਕੁ ਲੈਣਾ ਵੀ ਬੰਦਾ ਮੁੱਕ ਜਾਂਦਾ ਫਿਕਰ ਨਹੀਂ ਮੁੱਕਦੇ ਜੀ ਕਹਿੰਦਾ ਬੰਦਾ ਮੁੱਕਦਾ ਫਿਕਰ ਨਹੀਂ ਮੁੱਕਦੇ ਜੀ ਫਿਕਰਾਂ ਨੇ ਪੱਟੀ ਦੁਨੀਆ ਛੜਿਆਂ ਨੂੰ ਮਾਰਦਾ ਫਿਕਰ ਰੋਟੀ ਦਾ ਆਪਣੇ ਵਿਆਹ ਦਾ ਤੇ ਸੋਹਣੀ ਵਹੁਟੀ ਦਾ ਆਖਦੇ ਵਿਆਹੇ ਐਵੇਂ ਪੰਗਾ ਲੈ ਲਿਆ ਮੋਤੀ ਚੂਰ ਵਾਲਾ ਐਵੇਂ ਲੱਡੂ ਖਾ ਲਿਆ ਜੀ ਮੁੰਡੇ ਸਿੰਗਲੇ ਕੁੜੀਆਂ ਵਿਆਹੇ ਨਹੀਂ ਫੋਨ ਚੁੱਕਦੇ ਜਿੰਦ ਮੁੱਕਦੀ ਫਿਕਰ ਨਹੀਂ ਮੁੱਕਦੇ ਜੀ ਫਿਕਰਾਂ ਨੇ ਪੱਟੀ ਦੁਨੀਆ ਮਿੱਤਰੋ ਗਰੀਬ ਪੈਸੇ ਵੱਲੋਂ ਨਾਂਗਾ ਉਲਟਾ ਅਮੀਰ ਪੈਸੇ ਕੋਲੋਂ ਤੰਗ ਆ ਆਖਦਾ ਗਰੀਬ ਮੇਰਾ ਕੋਠਾ ਚਾਹੁੰਦਾ ਹੈ ਮਿੱਤਰੋ ਅਮੀਰ ਡਾਲਰਾਂ ਨੂੰ ਰੋਂਦਾ ਏ
ਰਹਿਣ ਗੋਟਿਆਂ ਵਾਂਗ ਸਭ ਧੁਖਦੇ ਜੀ ਫਿਕਰਾਂ ਨੇ ਪੱਟੀ ਦੁਨੀਆ ਰਹਿੰਦਾ ਏ ਫਿਕਰ ਜੱਟ ਨੂੰ ਜ਼ਮੀਨ ਦਾ ਫਿਕਰ ਸ਼ਰਾਬੀਆਂ ਨੂੰ ਖਾਣ ਪੀਣ ਦਾ ਲੀਡਰਾਂ ਨੂੰ ਖੁਰਸੀ ਦੀ ਝੂਰ ਮਾਰਦੀ ਨੂੰ ਕੁੜੀਆਂ ਦੀ ਘੂਰ ਮਾਰਦੀ ਰਹਿਣ ਚੋਰ ਪੁਲਿਸ ਤੋਂ ਲੁਕਦੇ ਜੀ ਫਿਕਰਾਂ ਨੇ ਪੱਟੀ ਦੁਨੀਆ ਮਾਮਾ ਨੂੰ ਫਿਕਰ ਰਹਿੰਦਾ ਪੁੱਤਾਂ ਦਾ ਗਿੱਲ ਨੂੰ ਫਿਕਰ ਸਦਾ ਰਹਿੰਦਾ ਮੁੱਛਾਂ ਦਾ ਸਿੰਗਰਾਂ ਨੂੰ ਝੂਰ ਹੁੰਦੀ ਹਿੱਟ ਗਾਣੇ ਦੀ ਸਿੰਗਰਾਂ ਨੂੰ ਝੂਰ ਹੁੰਦੀ ਹਿੱਟ ਗਾਣੇ ਦੀ ਖਿਡਾਰੀ ਨੂੰ ਉਡੀਕ ਹੁੰਦੀ ਜਿੱਤ ਜਾਣੇ ਦੀ ਸੋਹਰਤਿਆ ਫਿਕਰ ਤੈਨੂੰ ਰਹਿੰਦਾ ਪਿੰਡ ਦਾ ਰੰਗਲਾ ਪੰਜਾਬ ਤੇਰਾ ਜਾਵੇ ਖਿੰਡ ਦਾ ਸਾਹ ਰੁਕਦੇ ਕੰਮ ਨਾ ਰੁਕਦੇ ਜੀ ਫਿਕਰਾਂ ਨੇ ਪੱਟੀ ਦੁਨੀਆ ਤਾਰੇ ਛੁੱਪਦੇ ਕਦੇ ਨਾ ਛੁੱਪਦੇ ਜੀ ਸਿਖਰਾਂ ਨੇ ਪੱਟੀ ਦੁਨੀਆ ਨਾ ਮੌਤਾਂ ਦੇ ਨਿਸ਼ਾਨੇ ਕਦੇ ਉੱਕਦੇ ਜੀ ਫਿਕਰਾਂ ਨੇ ਪੱਟੀ ਦੁਨੀਆ ਬੰਦੇ ਮੁੱਕਦੇ ਫਿਕਰ ਨਹੀਂ ਮੁੱਕਦੇ ਤਾਂ ਫਿਕਰਾਂ ਨੇ ਪੱਟੀ ਦੁਨੀਆ ਬਿਲਕੁਲ ਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਮਿਹਰਬਾਨੀ ਨਾਲ ਦੀ ਨਾਲ ਗੱਲ ਮੈਨੂੰ ਕੀਤੀ ਆ ਗਈ ਵੈਸੇ ਪਹਿਲਾਂ ਵੀ ਸੁਣਾਈ ਹੋਣੀ ਆ ਵੀ ਟੈਨਸ਼ਨ ਇੱਕ ਤਾਂ ਕੱਲ੍ਹ ਦੀ ਟੈਨਸ਼ਨ ਅਸੀਂ ਬਹੁਤ ਲਈ ਆ ਵੀ ਕੱਲ੍ਹ ਨੂੰ ਕੀ ਹੋਣਾ ਕੱਲ੍ਹ ਦੀ ਟੈਨਸ਼ਨ ਲੈ ਲੈ ਕੇ ਅੱਧਿਓ ਵੱਧ ਅਸੀਂ ਆਪਦਾ ਦਿਮਾਗ ਖਰਾਬ ਕੀਤਾ ਪਿਆ ਕੱਲ੍ਹ ਦੀ ਛੱਡੋ ਕਈ ਲੀਡਰ ਤਾਂ ਸੱਤ ਪੁਸ਼ਤਾਂ ਦੀ ਟੈਨਸ਼ਨ ਲਈ ਬੈਠੇ ਨੇ ਬੜੀ ਪੁਰਾਣੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਲੀਡਰ ਕੋਈ ਗਿਆ ਕਿਸੇ ਬਾਬਾ ਨੂੰ ਹੱਥ ਉਹਨੇ ਦੇਖਿਓ ਮੇਰੀ ਕਿਸਮਤ ਦੇ ਵਿੱਚ ਕੀ ਲਿਖਿਆ ਅਤੇ ਉਹ ਕਹਿੰਦਾ ਵੀ ਤੇਰੀ ਕਿਸਮਤ 'ਚ ਬੱਲੇ ਬੱਲੇ ਪੱਲੇ ਭਗਤ ਤਾਂ ਤੇਰੀ ਕਿਸਮਤ 'ਚ ਇੰਨਾ ਧੰਨ ਆ ਵੀ ਤੇਰੀਆਂ ਸੱਤ ਪੁਸ਼ਤਾਂ ਆਰਾਮ ਨਾਲ ਬੈਠ ਕੇ ਖਾ ਸਕਦੀਆਂ ਅਤੇ ਉਹ ਲੀਡਰ ਸਾਹਿਬ ਰੋਣ ਲੱਗ ਪਏ ਲੀਡਰ ਤੁਸੀਂ ਆਪੇ ਸਮਝੋ ਕਿਹੜੇ ਆ ਉਹ ਰੋਣ ਲੱਗ ਪਏ ਵੀ ਉਹ ਕਹਿੰਦੇ ਵੀ ਤੇਰੇ 'ਤੇ ਇੰਨਾ ਧਨ ਕਿਸਮਤ ਦੇ ਵਿੱਚ ਤੂੰ ਰੋਣਾ ਕਿਉਂ ਆ ਉਹ ਕਹਿੰਦਾ ਮੈਂ ਰੋਂਦਾ ਤਾਂ ਆ ਵੀ ਸੱਤ ਪੁਸ਼ਤਾਂ ਦਾ ਜਿਗਾੜ ਹੋ ਗਿਆ ਅੱਠਵੀਂ ਕਿੱਥੋਂ ਖਾਊਗੀ ਪਰ ਅਸਲ ਦੇ ਵਿੱਚ ਜਿਹੜੀ ਕੱਲ੍ਹ ਦੀ ਸੋਚ ਹੈ ਉਹ ਸਾਨੂੰ ਨਹੀਂ ਕਰਨੀ ਚਾਹੀਦੀ ਇਹ ਵੀ ਇੱਕ ਬੜੀ ਵਧੀਆ ਗੱਲ ਕਿਸੇ ਨੇ ਮੈਨੂੰ ਸੁਣਾਈ ਸੀ ਚਲੋ ਹੁਣ ਸਮਾਂ ਨਹੀਂ ਹੈ ਹੁਣ ਇੱਕ ਬ੍ਰੇਕ ਲੈਣੀ ਪਏਗੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੀਆਂ ਗੱਲਾਂ ਵੀ ਲਵਾਂਗੇ ਅਤੇ ਨਾਲ ਨਾਲ ਸਮਾਂ ਬਚਿਆ ਅਤੇ ਮੈਂ ਇਹ ਵੀ ਇੱਕ ਚੰਗੀ ਗੱਲ ਜਿਹੜੀ ਆ ਸਾਨੂੰ ਸੇਧ ਦੇਣ ਵਾਲੀ ਸਾਡੀ ਸੋਚ ਨੂੰ ਬਦਲਣ ਵਾਲੀ ਉਹ ਕੋਸ਼ਿਸ਼ ਕਰੂੰਗਾ ਉਹ ਵੀ ਸੁਣਾਉਣ ਦੀ ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਹਾਜ਼ਰ ਇੱਕ ਵਾਰ ਫਿਰ ਅਤੇ ਨਾਲ ਦੀ ਨਾਲ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਜਾਣਦੇ ਹਾਂ ਤੁਹਾਡੇ ਵਿਚਾਰ ਕੀ ਨੇ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਅਤੇ ਮੇਰੇ ਸਾਰੇ ਪਿਆਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਹਾਂਜੀ ਇਹ ਕੀ ਵਿਚਾਰ ਨੇ ਜੀ ਇਹ ਜਿਹੜਾ ਸਾਡਾ ਵਿਸ਼ਾ ਜਿਵੇਂ ਕਰੋਨਾ ਇੱਕ ਪੂਰੀ ਦੁਨੀਆ ਦੇ ਵਿੱਚ ਫੈਲਿਆ ਅਤੇ ਉਸੇ ਤਰ੍ਹਾਂ ਇੱਕ ਟੈਨਸ਼ਨ ਜਿਹੜੀ ਹੈ ਇਹ ਵੀ ਪੂਰੀ ਦੁਨੀਆ ਦੇ ਵਿੱਚ ਹੀ ਫੈਲੀ ਹੋਈ ਆ ਹਾਂਜੀ ਟੈਨਸ਼ਨ ਦੀ ਤੁਸੀਂ ਗੱਲ ਕੀਤੀ ਆ ਟੈਨਸ਼ਨ ਜਿਹੜੀ ਆ ਇਹਦੀ ਪੰਜਾਬੀ ਕਹਿੰਦੇ ਨੇ ਚਿੰਤਾ ਚਿੰਤਾ ਚਿਖਾ ਸਮਾਨ ਜੀ ਜਿੰਨੀ ਮਰਜ਼ੀ ਵਧਾਈ ਚੱਲੋ ਇਹ ਵਧੀ ਜਾਣਾ ਜੀ ਬਿਲਕੁਲ ਜੀ ਤੇ ਇਹ ਚਿੰਤਾਵਾਂ ਬਹੁਤੀਆਂ ਅਸੀਂ ਆਪ ਹੀ ਸਹੇੜੀਆਂ ਹੋਈਆਂ ਨੇ ਜੀ ਆ ਗੋਰਿਆਂ ਦਾ ਕੰਮ ਆ ਜੀ ਦੇਖੋ ਨਾ ਇਹਨਾਂ ਨੇ ਧੀ ਵਿਆਹੁਣੀ ਆ ਨਾ ਨੂੰਹ ਲਿਆਉਣੀ ਆ ਹੈਂਜੀ ਮੌਜਾਂ ਕਰਦੇ ਨੇ ਕਮਾਉਂਦੇ ਨੇ ਖਾਂਦੇ ਨੇ ਪੀਂਦੇ ਨੇ ਸੈਰ ਸਪਾਟਾ ਕਰਦੇ ਨੇ ਸਾਨੂੰ ਤਾਂ ਡਾਲਰ ਅੱਜ ਸਾਡੇ ਕੋਲ 1000 ਹੋ ਗਿਆ ਜੀ ਕੱਲ ਨੂੰ 2000 ਪਰਸੋਂ ਨੂੰ 10000 ਇਹ ਪੈਸੇ ਦੀ ਤਮੰਨਾ ਕਦੇ ਨੀ ਮੁੱਕਦੀ ਜੀ ਆਪਣਾ ਤਾਂ ਜੀ ਹਾਂਜੀ ਜੀ ਬੋਲੋ ਹਾਂ ਤੁਸੀਂ ਬੋਲੋ ਆਪਣਾ ਤਾਂ ਇਹ ਹਿਸਾਬ ਆ ਕਿ ਜਦੋਂ ਕੋਈ ਟੈਨਸ਼ਨ ਮਾੜੀ ਮੋਟੀ ਵੀ ਹੁੰਦੀ ਆ ਭਗਵੰਤ ਮਾਨ ਤੇ ਜਗਤਾਰ ਜੱਗੀ ਦੀ ਜਗਨੂ ਦੀ ਟੇਪ ਹਾਂਜੀ ਆਪਣੇ ਕਮਰੇ ਚ ਤੇ ਜਾਂ ਫਿਰ ਅਤਰੋ ਚਤਰੋ ਦਾ ਧਮਾਕਾ ਮੁਹੰਮਦ ਰਫੀ ਸਾਹਿਬ ਦੇ ਵਧੀਆ ਮਿੱਠੇ ਮਿੱਠੇ ਗਾਣੇ ਬਸ ਟੈਨਸ਼ਨ ਕਿੱਥੇ ਖੜੀ ਹੋਊਗੀ ਵਾਕਈ ਤੁਹਾਡੀ ਗੱਲ ਸਹੀ ਹੈ ਪਰ ਕਈ ਵਾਰੀ ਜਦੋਂ ਟੈਨਸ਼ਨ ਹੁੰਦੀ ਹੈ ਤੇ ਹਾਂ ਸਾਰਾ ਕੁਛ ਨਹੀਂ ਦਿਲ ਕਰਦਾ ਹੁੰਦਾ ਕੁਛ ਦੇਰ ਵਾਸਤੇ ਤਾਂ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ ਜ਼ਿੰਦਗੀ 'ਚ ਬੜੇ ਉਤਰਾਅ ਚੜ੍ਹਾਅ ਆਏ ਨੇ ਜੇ ਮੈਂ ਅੱਜ ਤੱਕ ਤੰਦਰੁਸਤ ਬੈਠਾ ਸਹੀ ਸਲਾਮਤ ਬੈਠਾ ਇਸ ਉਮਰ ਦੇ ਵਿੱਚ ਤਾਂ ਸੰਗੀਤ ਦੇ ਜ਼ਰੀਏ ਬੈਠਾ ਵਾਹ ਜੀ ਵਾਹ ਹਾਂਜੀ ਸੰਗੀਤ ਮੇਰੀ ਰੂਹ ਆ ਵਾਹ ਜੀ ਵਾਹ ਸੰਗੀਤ ਮੇਰੀ ਖੁਰਾਕ ਹੈ ਜਿੰਨਾ ਚਿਰ ਮੈਂ ਦਿਨ ਦੇ ਵਿੱਚ ਵੀ ਪੰਜ ਚਾਰ ਗਾਣੇ ਨਾ ਸੁਣ ਲਵਾਂ ਵਧੀਆ ਵਧੀਆ ਜਾਂ ਤੁਹਾਡੀ ਜਿਹੜੇ ਤੁਸੀਂ ਲੋਕਾਂ ਨੇ ਟੇਪਾਂ ਬੜੀਆਂ ਮਿਹਨਤ ਨਾਲ ਬਣਾਈਆਂ ਨੇ ਤੁਹਾਡੇ ਵੀ ਸਦਕੇ ਜਾਈਏ ਪੁਰਾਣੀਆਂ ਤੁਸੀਂ ਵੀ ਟੇਪਾਂ ਬਣਾ ਬਣਾ ਕੇ ਕਾਮੇਡੀਅਨ ਨੇ ਜਸਵਿੰਦਰ ਭੱਲਾ ਸਾਨੂੰ ਉਹ ਹਸਾਉਣੇ ਉਹ ਹਸਾਉਣੇ ਬੰਦੇ ਕੋਲ ਟੈਨਸ਼ਨ ਫਿਰ ਕਿੱਥੋਂ ਰਹਿ ਜੂਗੀ ਜੀ ਬਿਲਕੁਲ ਬਿਲਕੁਲ ਹਾਂ ਹੁਣ ਮਾਹੌਲ ਥੋੜ੍ਹਾ ਚੇਂਜ ਹੋ ਗਿਆ ਕੈਸਟਾਂ ਦਾ ਮਾਹੌਲ ਹੁੰਦਾ ਸੀ ਜਦੋਂ ਤਾਂ ਬਹੁਤ ਬਿਜ਼ੀ ਹੋਈਦਾ ਸੀ ਉਦੋਂ ਹੁਣ ਤਾਂ ਨਾ ਜੀ ਤੁਹਾਡੇ ਟਾਈਮ ਦੇ ਵਿੱਚ ਬੜੇ ਕਾਮੇਡੀਅਨ ਲੋਕ ਹੁੰਦੇ ਸੀ ਅਤਰੋ ਚਤਰੋ ਹੁੰਦੀ ਸੀ ਮੈਂ ਇੱਥੇ ਅਤਰੋ ਚਤਰੋ ਦਾ ਸ਼ੋਅ ਵੀ ਦੇਖਿਆ ਜਦੋਂ ਇੱਥੇ ਆਏ ਸੀ ਅਸੀਂ ਇਕੱਠੇ ਕਾਫੀ ਕੰਮ ਕੀਤਾ ਸੀ ਸ਼ੋਅ ਵੀ ਕਰਕੇ ਗਏ ਸੀ ਇੱਥੇ ਇਕੱਠੇ ਹਾਂ ਜੀ ਬੜੇ ਸੋਹਣੇ ਕਿਰਦਾਰ ਸੀ ਉਹ ਬਹੁਤ ਜ਼ਬਰਦਸਤ ਉਹਨਾਂ ਨੂੰ ਇੱਕ ਪ੍ਰੋਬਲਮ ਆਉਂਦੀ ਸੀ ਹਾਂਜੀ ਅਤਰੋ ਲੇਡੀ ਬਣਦੇ ਸੀ ਨਾ ਪਰ ਸਰੂਪ ਪਰਿੰਦਾ ਨਾਂ ਸੀ ਲੇਡੀ ਬਣਦੇ ਸੀ ਹਾਂਜੀ ਤੇ ਅਸੀਂ ਸ਼ੋਅ ਕਰ ਰਹੇ ਸੀ ਵੈਨਕੂਵਰ ਤੇ ਉਹ ਸਕਿਉਰਿਟੀ ਜ਼ਿਆਦਾ ਸੀ ਉੱਥੇ ਬਹੁਤ ਤੇ ਉਹਨੇ ਬਾਥਰੂਮ ਜਾਣਾ ਸੀ ਤੇ ਉਹ ਜੈਂਟਸ ਬਾਥਰੂਮ ਵਾਲੇ ਜਾਣਾ ਸੀ ਉਹਨੇ ਕੁਦਰਤੀ ਗੱਲ ਆ ਪਰ ਪਾਇਆ ਹੋਇਆ ਸੀ ਸੂਟ
ਸਕਿਉਰਟੀ ਗਾਰਡ ਓਕੇ ਨੋ ਨੋ ਲੇਡੀ ਦਿਸ ਸਾਈਡ ਦਿਸ ਸਾਈਡ ਲੇਡੀਜ਼ ਓਕੇ ਨੋ ਆਈ ਐਮ ਨੋ ਲੇਡੀ ਆਈ ਐਮ ਨੋ ਲੇਡੀ ਤੇ ਚਲੋ ਜੀ ਇਹ ਵੈਸੇ ਤਾਂ ਜਿਵੇਂ ਕਿਹਾ ਇੱਕ ਕਾਲਰ ਨੇ ਸਾਡੇ ਘੁੰਮਣ ਸਾਹਿਬ ਨੇ ਵੀ ਚਿੰਤਾ ਜਿਹੜੀ ਹੈ ਬਿਜ਼ੀ ਰੱਖਾਂਗੇ ਅਤੇ ਟੈਨਸ਼ਨਾਂ ਜਿਹੜੀਆਂ ਘੱਟ ਜਾਂਦੀਆਂ ਬਿਜ਼ੀ ਰੱਖੀਏ ਜਾਂ ਅਸੀਂ ਪਰਮਾਤਮਾ ਦੇ ਚਰਨਾਂ 'ਚ ਮੇਰੇ ਖਿਆਲ ਲੱਗ ਜਾਈਏ ਸੱਚੇ ਦਿਲੋਂ ਤੁਸੀਂ ਪਾਠ ਕਰੋ ਮੈਂ ਦੋ ਵਾਰੀ ਦਿਨ 'ਚ ਸਵੇਰੇ ਇਸ਼ਨਾਨ ਕਰਕੇ ਫਿਰ ਬਾਅਦ ਦੇ ਵਿੱਚ ਪਾਠ ਕਰਦਾ ਰਾਤ ਨੂੰ ਵੀ ਪਾਠ ਕਰੀਦਾ ਰਾਤ ਨੂੰ ਕੀਰਤ ਸੋਹਲਾ ਕਰਕੇ ਪਈਦਾ ਅਤੇ ਉਹ ਵੀ ਪਰਮਾਤਮਾ ਵੱਲ ਧਿਆਨ ਕਰੋ ਖਾਸ ਤੌਰ 'ਤੇ ਜਦੋਂ ਕੋਈ ਟੈਨਸ਼ਨ ਹੁੰਦੀ ਉਦੋਂ ਅਸੀਂ ਜੇ ਕਰੀਏ ਤਾਂ ਸਾਨੂੰ ਬਹੁਤ ਰਾਹਤ ਮਿਲਦੀ ਆ ਹਾਂਜੀ ਮਨ ਨੂੰ ਸ਼ਾਂਤੀ ਮਿਲਦੀ ਆ ਹੁਣ ਜੇ ਮੈਂ ਕਿਤੇ ਰੱਬ ਨਾ ਕਰੇ ਇੱਧਰ ਉੱਧਰ ਹੋਵਾਂ ਕਿਤੇ ਜਾਂ ਕੰਟਰੀ ਤੋਂ ਬਾਹਰ ਹੋਵਾਂ ਪਾਠ ਨਾ ਹੋਵੇ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਭਟਕਣਾ ਜੀ ਲੱਗੀ ਰਹਿੰਦੀ ਹੈ ਤੁਹਾਡੀ ਆਤਮਾ ਨੂੰ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੈ ਜੀ ਵੀ ਜਿਹੜੇ ਧਰਮ ਨੂੰ ਮੰਨਦੇ ਆ ਇਕਾਗਰਚਿਤ ਹੋ ਕੇ ਅਤੇ ਬਹਿ ਜਾਓ ਅਤੇ ਚਿੰਤਾ ਹੌਲੀ ਹੌਲੀ ਅੱਛਾ ਚਿੰਤਾ ਤਾਂ ਮਿਟਦੀ ਹੈ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਧੀਰ ਸਾਹਿਬ ਰਸਤੇ ਵੀ ਦਿਸਦੇ ਨੇ ਜਦੋਂ ਤੁਸੀਂ ਇਕਾਗਰਚਿਤ ਹਾਂਜੀ ਹਾਂਜੀ ਰਸਤੇ ਵੀ ਦਿਸਦੇ ਨੇ ਆਪਣੇ ਆਪ ਪਰਮਾਤਮਾ ਵਾਹਿਗੁਰੂ ਫਿਰ ਰਸਤਾ ਵੀ ਦਿਖਾਉਂਦਾ ਮੈਂ ਤਾਂ ਜੇ ਜਹਾਜ਼ ਦਾ ਸਫ਼ਰ ਵੀ ਕਰਾਂ ਨਾ ਮੈਂ ਜਪਜੀ ਸਾਹਿਬ ਦਾ ਗੁਟਕਾ ਆਪਣੇ ਕੋਲ ਰੱਖਦਾ ਹੁੰਦਾ ਜੀ ਜੀ ਚਲੋ ਬੜੀ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਗੱਲਬਾਤ ਕਰਨ ਦੀ ਬਹੁਤ ਧੰਨਵਾਦ ਪ੍ਰੋਗਰਾਮ ਦੀ ਸਮਾਪਤੀ ਕਰਨੀ ਪੈ ਗਈ ਜੀ ਕਿਉਂਕਿ ਸਮਾਂ ਜਿਹੜਾ ਹੈਗਾ ਗਿਆ ਗਿਆ ਨਹੀਂ ਦਿੰਦਾ ਉਮੀਦ ਕਰਦੇ ਹਾਂ ਗੱਲਬਾਤ ਸਾਰੀ ਠੀਕ ਲੱਗੀ ਹੋਊਗੀ ਬਾਕੀ ਟੈਨਸ਼ਨਾਂ ਜਿਹੜੀਆਂ ਜੀ ਟੈਨਸ਼ਨਾਂ ਕਹਿੰਦੇ ਕੰਮ ਨਹੀਂ ਮੁੱਕਣੇ ਟੈਨਸ਼ਨਾਂ ਨਹੀਂ ਮੁੱਕਣੀਆਂ ਬੰਦੇ ਦੀ ਜ਼ਿੰਦਗੀ ਮੁੱਕ ਜਾਂਦੀ ਹੈ ਸੋ ਸਾਨੂੰ ਕਰੋਨਾ ਨੇ ਜਿਹੜੀ ਇੱਕ ਬੜੀ ਵੱਡੀ ਚੀਜ਼ ਇਹ ਵੀ ਸਿਖਾਈ ਹੈ ਵੀ ਟੈਨਸ਼ਨਾਂ ਕਰਕੇ ਕੋਈ ਫਾਇਦਾ ਨਹੀਂ ਅਸੀਂ ਪਰਮਾਤਮਾ ਦੇ ਜੇ ਵਿਸ਼ਵਾਸ ਰੱਖਦੇ ਹਾਂ ਤਾਂ ਪਰਮਾਤਮਾ ਦੇ ਹੱਥ ਦੀ ਡੋਰ ਜਿਹੜੀ ਦੇਣੀ ਚਾਹੀਦੀ ਹੈ ਅਤੇ ਇਮਾਨਦਾਰੀ ਨਾਲ ਸੱਚੇ ਦਿਲੋਂ ਆਪਣਾ ਜਿਹੜਾ ਕੰਮ ਕਰਦੇ ਹਾਂ ਕੋਈ ਉਹ ਕਰਦੇ ਰਹੀਏ ਤਾਂ ਉਹਦੇ 'ਚੋਂ ਟੈਨਸ਼ਨਾਂ ਵੀ ਦੂਰ ਹੁੰਦੀਆਂ ਨੇ ਅਤੇ ਕੰਮ ਦੇ ਵਿੱਚ ਬਰਕਤ ਵੀ ਜ਼ਰੂਰ ਹੁੰਦੀ ਆ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ